ਸਤਿ ਸ਼੍ਰੀ ਅਕਾਲ ਸਲਾਮ ਅਰਜ ਸਾਰੇ ਦੇਸ਼ ਵਿਦੇਸ਼ ਦੇ ਦਾਨਸ਼ਵੰਦ ਦਰਸ਼ਕਾਂ ਨੂੰ ਜੋ ਇਸ ਵਕਤ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਨਾਲ ਜੁੜੇ ਨੇ। ਮੈਂ ਤੁਹਾਡਾ ਦੋਸਤ ਪਰਮਿੰਦਰ ਸਿੰਘ ਟਿਵਾਣਾ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਮੌਜੂਦ ਮਹਿਮਾਨ ਆਪਣੇ ਨਾਲ ਸ਼ਾਮਿਲ ਨੇ। ਰਾਜਨੀਤਿਕ ਮਾਮਲਿਆਂ ਦੇ ਮਾਹਰ ਸਾਹਿਬ ਸੁਰਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਖੋਜੀ ਲੇਖਕ ਸਾਬਕਾ ਤਹਿਸੀਲਦਾਰ ਚੋਣ ਵਿਭਾਗ ਤੋਂ ਸਰ ਨਾਮਦੇਵ ਸਿੰਘ ਸਿੱਧੂ ਸਾਹਿਬ, ਆਪ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ। ਇਸ ਦੌਰਾਨ ਬਹੁਤ ਸਾਰੇ ਅਹਿਮ ਵਿਸ਼ਿਆਂ 'ਤੇ ਗੱਲ ਕਰਨੀ, ਖਾਸ ਕਰਕੇ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਸ਼੍ਰੀ ਕਰਤਾਰਪੁਰ ਲਾਂਘੇ ਨੂੰ ਲੈ ਕੇ ਜੋ ਕੁਛ ਹੋ ਰਿਹਾ, ਕੌਣ ਕੌਣ ਲੋਕ ਜਿਹੜੇ ਨੇ ਮਰਿਆਦਾਵਾਂ ਦੀ ਉਲੰਘਣਾ ਕਰ ਰਹੇ ਨੇ, ਇਸ ਲਾਂਘੇ ਦਾ ਕੀ ਲਾਹਾ ਅਤੇ ਕੀ ਨੁਕਸਾਨ ਕਿਹੜੀ ਕਿਹੜੀ ਪਾਰਟੀ ਜਾਂ ਕਿਹੜੀ ਕਿਹੜੀ ਸ਼ਖਸੀਅਤ ਖੱਟ ਰਹੀ ਹੈ। ਸਰ ਸੁਰਿੰਦਰ ਸਿੰਘ ਜੀ, ਜਿਸ ਤਰ੍ਹਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁੱਧਵਾਰ ਨੂੰ ਹੋਇਆ ਅਤੇ ਉਸ ਸੈਸ਼ਨ ਦੇ ਦੌਰਾਨ ਹਰਿਆਣਾ ਦੇ ਵਿਧਾਇਕ ਵੀ ਸੱਦੇ ਗਏ, ਉਪ ਰਾਸ਼ਟਰਪਤੀ ਵੀ ਸੱਦਿਆ ਗਿਆ, ਲਾਈਵ ਟੈਲੀਕਾਸਟ ਵੀ ਹੋਇਆ, ਪਰ ਇਸ ਵਿਸ਼ੇਸ਼ ਸੈਸ਼ਨ ਜੋ 550 ਸਾਲਾ ਗੁਰੂ ਸਾਹਿਬ ਦੇ ਸਮਾਗਮ ਨੂੰ ਸਮਰਪਿਤ ਸੀ, ਇਸ ਦੌਰਾਨ ਹੋਇਆ ਕਿ ਗੁਰੂ ਨਾਨਕ ਸਾਹਿਬ ਤਾਂ 13-13 ਤੋਲਦੇ ਸੀ, ਪਰ ਕੈਪਟਨ ਸਰਕਾਰ ਨੇ ਆਪਣੇ ਵੱਲ ਨੂੰ ਹੀ ਤੋਲਿਆ, ਝੁਕਦੇ ਪਲੜੇ ਨੂੰ ਤੋਲਿਆ, ਵਿਧਾਇਕਾਂ ਦੀਆਂ ਤਨਖਾਹਾਂ ਵਧਾ ਲਈਆਂ, ਅਤੇ ਜਿਹੜੇ 6 MLA ਸੀ ਜਿਨ੍ਹਾਂ ਨੂੰ ਵਾਧੂ ਲਾਭ ਦਿੱਤੇ ਜਾਣੇ ਨੇ, ਉਹ ਐਸਟੀ ਬਣਾਏ ਨੇ, ਉਹਨਾਂ 'ਤੇ ਗਾਜ ਡਿੱਗਦੀ ਸੀ, ਉਹ ਨਹੀਂ ਸੀ ਬਣਾ ਸਕਦੇ, ਉਹ ਜਿਹੜੀ ਗਾਜ ਸੀ ਕਾਨੂੰਨ ਦੀ ਉਹ ਤੋੜ ਦਿੱਤੀ, ਕਾਨੂੰਨ ਬਦਲਿਆ ਗਿਆ 40 ਸਾਲ ਪੁਰਾਣਾ, ਤਾਂ ਜੋ ਆਪਣੇ ਬੰਦਿਆਂ ਨੂੰ ਰਿਉੜੀਆਂ ਦੇ ਗੱਫੇ ਵੱਧ ਦਿੱਤੇ ਜਾਣ, ਇਹ ਫਲਸਫੇ ਦੇ ਮੁਤਾਬਕ ਹੋ ਰਿਹਾ ਸਾਰਾ ਕੁਛ। ਟਵਾਣਾ ਸਾਹਿਬ, ਜਿੱਥੋਂ ਤੱਕ ਗੁਰੂ ਨਾਨਕ ਦੇਵ ਜੀ ਦਾ ਫਲਸਫਾ, ਸ਼ਾਇਦ ਉਹਦੀਆਂ ਧੱਜੀਆਂ ਉਡਾਉਣ ਦੇ ਵਿੱਚ ਕੋਈ ਵੀ ਸਰਕਾਰ, ਚਾਹੇ ਕੇਂਦਰ ਦੀ ਸਰਕਾਰ ਆ, ਚਾਹੇ ਪੰਜਾਬ ਦੀ ਸਰਕਾਰ ਆ, ਚਾਹੇ ਸ਼੍ਰੋਮਣੀ ਅਕਾਲੀ ਦਲ ਆ, ਚਾਹੇ ਉਹ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਦੂਜੀਆਂ ਪਾਰਟੀਆਂ ਵੀ ਕੁਛ ਕਰ ਰਹੀਆਂ, ਆਮ ਪਾਰਟੀ ਵੀ, ਕਿਸੇ ਨੇ ਵੀ ਕੋਈ ਕਸਰ ਬਾਕੀ ਜਿਹੜੀ ਆ ਉਹ ਨਹੀਂ ਛੱਡੀ ਆ। ਰਹੀ ਗੱਲ ਵਿਧਾਨ ਸਭਾ ਦੇ ਸੈਸ਼ਨ ਦੀ, ਵਿਧਾਨ ਸਭਾ ਦਾ ਸੈਸ਼ਨ ਦੇ ਦੋ ਜਿਹੜੇ ਪਾਠ ਸੀਗੇ, ਪਹਿਲਾ ਜਿਹੜਾ ਉਹ 11 ਵਜੇ ਤੋਂ 12 ਵਜੇ ਤੱਕ ਇੱਕ ਘੰਟਾ ਜਿਹੜਾ ਚੱਲਿਆ, ਉੱਥੇ ਇਹ ਸੀਗੇ ਉਪ ਰਾਸ਼ਟਰਪਤੀ ਸੀ ਭਾਰਤ ਦੇ ਜਿਹੜੇ ਉਹ ਆਏ ਸੀਗੇ, ਅਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸੀ, ਨਾਲ ਹੀ ਗੁਆਂਢੀ ਸੂਬਾ ਸੀਗਾ ਉਹਦੇ ਮੁੱਖ ਮੰਤਰੀ ਸੀ, ਉਹਦੇ ਗਵਰਨਰ ਸੀਗੇ, ਅਤੇ ਨਾਲ ਉਹਨਾਂ ਦੇ ਸਾਰੇ ਜਿਹੜੇ MLA ਸਭਾਨ ਸੀ ਉਹ ਸੀਗੇ, ਅਤੇ ਪੰਜਾਬ ਦੇ ਜਿਹੜੇ ਲੋਕ ਸਭਾ ਦੇ 13 ਮੈਂਬਰ ਸੀਗੇ, ਅਤੇ ਨਾਲ ਹੀ ਰਾਜ ਸਭਾ ਦੇ 7 ਮੈਂਬਰ ਸੀਗੇ, ਉਹ ਸਾਰੇ ਦੇ ਸਾਰੇ ਜਿਹੜੇ ਆ ਉਹਦੇ 'ਚ ਸ਼ਮੂਲੀਅਤ ਸਾਰਿਆਂ ਨੇ। ਕਿਤੇ ਨਾ ਕਿਤੇ ਜਿਹੜੀਆਂ ਗੱਲਾਂ ਉਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਜਿਹੜਾ ਇੱਕ ਘੰਟੇ ਦਾ ਸੀ ਉਹਦੇ ਵਿੱਚ ਜਿਹੜੀਆਂ ਕੀਤੀਆਂ ਗਈਆਂ ਨੇ, ਚਾਹੇ ਉਹ ਵਿਧਾਨ ਸਭਾ ਦੇ ਸਪੀਕਰ KP ਰਾਣਾ ਵੱਲੋਂ ਹੋਣ, ਚਾਹੇ ਉਹ ਵੈਂਕਟਿਆ ਨਾਇਡੂ ਜਿਹੜੇ ਉਪ ਰਾਸ਼ਟਰਪਤੀ ਭਾਰਤ ਸਰਕਾਰ ਦੇ ਉਹਨਾਂ ਵੱਲੋਂ, ਚਾਹੇ ਡਾਕਟਰ ਮਨਮੋਹਨ ਸਿੰਘ ਜੀ ਸਾਬਕਾ ਪ੍ਰਧਾਨ ਮੰਤਰੀ ਵੱਲੋਂ, ਜਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ, ਚਾਰੇ ਦੇ ਚਾਰੇ ਹੀ ਸਪੋਕਸਮੈਨ ਸੀ ਜਿਹੜੀਆਂ ਉਹਨਾਂ ਵੱਲੋਂ ਕਹੀਆਂ ਗਈਆਂ, ਜੇ ਉਹਨਾਂ 'ਤੇ ਅਮਲ ਹੋ ਜਾਂਦੇ ਤਾਂ ਸ਼ਾਇਦ ਬਹੁਤ ਚੰਗਾ ਹੁੰਦਾ, ਪਰ ਬਦਕਿਸਮਤੀ ਉਹ ਕੇਵਲ ਅਤੇ ਕੇਵਲ ਵਿਧਾਨ ਸਭਾ ਦੇ ਸੈਸ਼ਨ ਦੇ ਅੰਦਰ ਹੀ ਜਿਹੜਾ ਇੱਕ ਘੰਟੇ ਦਾ ਸੀ ਉਹਦੇ ਵਿੱਚ ਹੀ ਹੋਈਆਂ, ਉਹਦੇ ਬਗੈਰ ਕੁਛ ਵੀ ਜਿਹੜਾ ਉਹ ਸਾਨੂੰ ਔਨ ਗਰਾਊਂਡ ਜਿਹੜਾ ਉਹ ਪ੍ਰਤੱਖ ਕਿਤੇ ਦਿਖਾਈ ਜਿਹੜਾ ਉਹ ਨਹੀਂ ਦੇ ਰਿਹਾ। ਇਹੀ ਗੱਲ ਬਾਕੀ ਦੀ ਸੀ, ਉਹਦੇ ਵਿੱਚ ਜਿਹੜੇ 3 ਮਤੇ ਨੇ ਉਹ ਆਪ ਦੁਪਹਿਰ ਤੋਂ ਬਾਅਦ ਦਾ ਸੈਸ਼ਨ ਸੀ, ਉਹ ਸੈਸ਼ਨ ਦੇ ਵਿੱਚ ਉਹ 3 ਮਤੇ ਜਿਹੜੇ ਲਿਆਉਂਦੇ ਗਏ ਨੇ, ਉਹਦੇ 'ਚ ਇੱਕ ਪ੍ਰਾਈਵੇਟ ਓਪਨ ਯੂਨੀਵਰਸਿਟੀ ਸੀ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ, ਉਹ ਵੀ ਕਿਤੇ ਪ੍ਰੈਸ਼ਰ ਪਿਆ ਤਦ ਆਈ, ਕਿਉਂਕਿ ਜਦੋਂ ਸਪੋਰਟਸ ਯੂਨੀਵਰਸਿਟੀ ਇਸੇ ਸਾਲ ਹੀ ਪਟਿਆਲਾ ਦੇ ਵਿੱਚ ਜਿਹੜੀ ਸਥਾਪਿਤ ਕੀਤੀ ਗਈ ਆ, ਉਹਦਾ ਨਾਮ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦਾਦੇ ਦੇ ਨਾਮ 'ਤੇ ਰੱਖਿਆ ਮਹਾਰਾਜਾ ਭੁਪਿੰਦਰ ਸਿੰਘ ਦੇ, ਅਤੇ ਉਹਦਾ ਬਹੁਤ ਕਿੰਤੂ ਪਰੰਤੂ ਉਹਦੇ 'ਤੇ ਹੋਇਆ ਕਿ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਜਦੋਂ 500 ਸਾਲਾਂ ਮਨਾਇਆ ਗਿਆ ਸੀ, ਉਸ ਵੇਲੇ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਜਿਹੜੀ ਹੋਂਦ 'ਚ ਆਈ ਸੀ, ਅਤੇ 550 ਸਾਲਾਂ 'ਤੇ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਸਪੋਰਟਸ ਯੂਨੀਵਰਸਿਟੀ ਹੋਣੀ ਚਾਹੀਦੀ ਸੀ, ਲੇਕਿਨ ਉਹ ਆਪਣੇ ਦਾਦੇ ਦੇ ਨਾਮ 'ਤੇ ਰੱਖ ਕੇ ਹੁਣ ਜਿਹੜੀ ਆ ਉਹ ਇੱਕ ਓਪਨ ਯੂਨੀਵਰਸਿਟੀ ਪਟਿਆਲੇ 'ਚ ਹੋਰ ਜਿਹੜੀ ਆ ਸਥਾਪਿਤ ਕੀਤੀ ਗਈ, ਉਹਦਾ ਨਾਮ ਜਿਹੜਾ ਉਹ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਰੱਖਣ ਦਾ। ਪੈਸੇ ਤਾਂ ਪਹਿਲਿਆਂ ਵਾਸਤੇ ਨਹੀਂ ਹੈਗੇ, ਕਾਲਜਾਂ ਦੇ ਵਿੱਚ ਲੈਕਚਰਾਰ ਨਹੀਂ ਹੈਗੇ, ਹਸਪਤਾਲਾਂ 'ਚ ਡਾਕਟਰ ਨਹੀਂ ਹੈਗੇ, ਉਹ ਤੁਹਾਡਾ ਇਸ਼ੂ ਠੀਕ ਹੈ ਕਿ ਪਹਿਲਾਂ ਜਿਹੜੀ ਯੂਨੀਵਰਸਿਟੀ ਬਣ ਰਹੀ ਹੈ, ਜਗ੍ਹਾ ਅਕੁਆਇਰ ਕਰ ਲਈ ਹੈ, ਉਹਦਾ ਨਾਂ ਕਿਉਂ ਨਹੀਂ ਰੱਖਿਆ ਗਿਆ? ਭੁਪਿੰਦਰ ਸਿੰਘ ਹੋਰਾਂ ਦਾ ਕੀ ਯੋਗਦਾਨ ਹੈ? ਇਹ ਸਮਾਗਮ ਸੀ ਇਸ ਮੌਕੇ ਰੱਖਦੇ, ਕਿਉਂਕਿ ਪੰਜਾਬ ਦੇ ਲੋਕਾਂ ਦਾ, ਟੈਕਸਪੇਅਰ ਦਾ ਪੈਸਾ ਹੈ, ਇੱਕ ਮਹਾਰਾਜੇ ਦੇ ਨਾਂ 'ਤੇ ਕਿਉਂ, ਜਿਹੜਾ ਅੰਗਰੇਜ਼ ਪ੍ਰਸਤ ਸੀਗਾ, ਜਿਹਦੇ 'ਤੇ ਵਿਵਾਦ ਸੀਗੇ, ਪਰ ਇਸ ਦੌਰਾਨ ਹੁਣ ਓਪਨ ਯੂਨੀਵਰਸਿਟੀ ਲਈ ਫੰਡਿੰਗ ਹੈਗੀ? ਨਹੀਂ, ਟਵਾਣਾ ਸਾਹਿਬ ਕੁਛ ਨਹੀਂ ਹੈਗੀ। ਗੱਲ ਤਾਂ ਆ ਵੀ ਪਹਿਲੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦਾ ਕੀ ਹਾਲ ਆ? ਤੁਹਾਡੇ ਕੋਲ 60% ਦੇ ਆਸ ਪਾਸ ਸੀਟਾਂ ਜਿਹੜੀਆਂ ਓਵਰਆਲ ਪੰਜਾਬ 'ਚ ਖਾਲੀ ਨੇ, ਬੱਚੇ ਬਾਹਰ ਜਾ ਰਹੇ ਸਾਰੇ, ਯੂਨੀਵਰਸਿਟੀਆਂ ਜਿਹਦੇ 'ਚ ਡਿਗਰੀ ਕਾਲਜ ਅਤੇ ਇੰਜੀਨੀਅਰਿੰਗ ਕਾਲਜ ਆ, ਜੇ
ਇਹ ਸਾਰਿਆਂ 'ਚ 60% ਸੀਟਾਂ ਖਾਲੀ। ਜੇ ਇਕੱਲੇ ਇੰਜੀਨੀਅਰਿੰਗ ਕਾਲਜਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ 80% ਤੋਂ ਵੱਧ ਖਾਲੀ ਨੇ, ਯੂਨੀਵਰਸਿਟੀ ਜਿਹੜੀ 40% ਤੋਂ ਵੱਧ ਖਾਲੀ ਨੇ, ਜਿਹੜੇ ਡਿਗਰੀ ਕਾਲਜਿਸ ਨੇ ਉਹ ਜਿਹੜੇ ਨੇ ਉਹ ਤਕਰੀਬਨ 20-25% ਉਹਨਾਂ 'ਚ ਖਾਲੀ ਪਈਆਂ ਨੇ। ਓਵਰਆਲ 60% ਸੀਟਾਂ ਤੁਹਾਡੇ ਕੋਲ ਪੂਰੇ ਪੰਜਾਬ 'ਚ ਖਾਲੀ ਪਈਆਂ ਨੇ। ਯੂਥ ਜਿਹੜਾ ਉਹ ਬਾਹਰ ਵੱਲ ਵਹੀਰਾਂ ਘੱਟ ਚੁੱਕਿਆ ਅਤੇ ਤੁਸੀਂ ਉਹਨੂੰ ਰੋਕ ਨਹੀਂ ਸਕੋਗੇ ਕਿਉਂਕਿ ਹੁਣ ਉਹਨਾਂ ਨੇ ਰੁਕਣਾ ਨਹੀਂ ਹੈ ਅਤੇ ਤੁਹਾਡਾ ਪੰਜਾਬ ਜਿਹੜਾ ਉਹ ਖਾਲੀ ਹੋ ਗਿਆ। ਜਦੋਂ ਤੁਸੀਂ 1947 ਦੀ ਵੰਡ ਤੋਂ ਬਾਅਦ ਤੁਸੀਂ ਜਿਹੜਾ ਗੁਰੂ ਨਾਨਕ ਨਾਮ ਲੇਵਾ ਜਿੰਨੀ ਵੀ ਸੰਗਤ ਸੀ ਉਹਨਾਂ ਨੇ ਜਦੋਂ ਨਿਤਨੇਮ ਦੋਨੋਂ ਟਾਈਮ ਦੇ ਤੋਂ ਬਾਅਦ ਜਿਹੜੀ ਅਰਦਾਸ ਕਰਦੇ ਸੀ ਉਹ 'ਚ ਨਨਕਾਣਾ ਸਾਹਿਬ ਅਤੇ ਹੋਰ ਵਿਛੜੇ ਗੁਰਧਾਮ ਜਿਹੜੇ ਸੀ ਉਹਦੇ ਦਰਸ਼ਨ ਦਿਦਾਰੇ ਦੀ ਗੱਲ ਕੀਤੀ ਸੀ ਅਤੇ ਆਉਣ ਵਾਲੇ 10 ਜਾਂ 15 ਸਾਲਾਂ ਦੇ ਬਾਅਦ ਤੁਹਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ 5 ਤਖ਼ਤ ਸਾਹਿਬਾਨ ਜਿਹੜੇ ਨੇ ਉਹਨਾਂ ਦੇ ਵੀ ਦਰਸ਼ਨ ਦਿਦਾਰੇ ਜਿਹੜੇ ਆ ਉਹਦੇ ਲਈ ਵੀ ਅਰਦਾਸ ਦੇ ਵਿੱਚ ਸ਼ਾਮਿਲ ਕਰਨਾ ਪੈ ਜਾਣਾ। ਹਾਲਾਤ ਤੁਹਾਡੇ ਬਣਦੇ ਜਾ ਰਹੇ ਨੇ, ਪਰ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਜਿਹੜੀ ਸਪੋਰਟਸ ਯੂਨੀਵਰਸਿਟੀ ਆ ਚੰਗਾ ਹੁੰਦਾ ਉਹਦਾ ਨਾਮ ਰੱਖਦੇ, ਲੇਕਿਨ ਉਹਦਾ ਨਾਮ ਭੁਪਿੰਦਰ ਸਿੰਘ ਮਹਾਰਾਜੇ ਦੇ ਨਾਮ 'ਤੇ ਰੱਖ ਦਿੱਤਾ ਗਿਆ, ਜਿਹੜਾ ਕਿ ਐਸ਼ ਪ੍ਰਸਤੀ ਦੇ ਨਾਲ ਨਾਲ ਇਹ ਵੀ ਸੀ ਕਿ ਜਿੱਥੋਂ ਮਿਸਲਾਂ ਦੀ ਗੱਲ ਚੱਲੀ ਸੀ, ਜੋ ਇਸ ਵੇਲੇ ਸਿੱਖ ਰਾਜ ਦੀ ਗੱਲ ਮਹਾਰਾਜਾ ਰਣਜੀਤ ਸਿੰਘ ਦੀ ਚੱਲੀ ਸੀ, ਉਹਨਾਂ ਦਾ ਹਮੇਸ਼ਾ ਹੀ ਇਸ ਰਿਆਸਤ ਨੇ ਜਿਹੜਾ ਉਹ ਰੱਜ ਕੇ ਵਿਰੋਧ ਕੀਤਾ ਸੀ ਅਤੇ ਹਮੇਸ਼ਾ ਹੀ ਅੰਗਰੇਜ਼ਾਂ ਦੇ ਜਿਹੜੇ ਉਹ ਪਿੱਠੂ ਬਣ ਕੇ ਰਹੇ ਸੀਗੇ। ਇਸ ਕਰਕੇ ਉਹਦੇ ਨਾਮ 'ਤੇ ਰੱਖਣਾ ਕਿਤੇ ਨਾ ਕਿਤੇ ਜਿਹੜਾ ਸੀਗਾ ਉਹ ਪੰਜਾਬ ਦੇ ਨਾਮ 'ਤੇ ਇੱਕ ਬਹੁਤ ਵੱਡਾ ਧੱਬਾ ਸੀ। ਪਰ ਜਦੋਂ ਪ੍ਰੈਸ਼ਰ ਵਧਿਆ ਤਾਂ ਕਿਤੇ ਪ੍ਰੈਸ਼ਰ 'ਚ ਆ ਕੇ ਇੱਕ ਹੋਰ ਯੂਨੀਵਰਸਿਟੀ ਜਿਹੜੀ ਉਹ ਸਥਾਪਿਤ ਕਰ ਦਿੱਤੀ। ਪਰ ਜੋ ਹਾਲਾਤ ਪਹਿਲੀਆਂ ਯੂਨੀਵਰਸਿਟੀਆਂ ਦੇ ਨੇ ਉੱਥੇ ਤੁਹਾਡੇ ਕੋਲ ਅਧਿਆਪਕ ਅਤੇ ਜਿਹੜੇ ਗੈਰ ਅਧਿਆਪਨ ਦੇ ਵਿੱਚ ਤੁਹਾਡੇ ਮੁਲਾਜ਼ਮ ਨੇ ਉੱਥੇ ਅਫਸਰ ਬੈਠੇ ਨੇ ਉਹਨਾਂ ਦੇ ਲਈ ਤੁਹਾਡੇ ਕੋਲ 6-6 ਮਹੀਨੇ ਲਗਾਤਾਰ ਤਨਖਾਹ ਦੇਣ ਦੇ ਲਈ ਪੈਸੇ ਨਹੀਂ ਹੈ। ਅਤੇ ਤੁਸੀਂ ਨਵੀਆਂ ਯੂਨੀਵਰਸਿਟੀਆਂ ਸਥਾਪਿਤ ਕਰਕੇ ਕੀ ਮੈਸੇਜ ਦੇਣਾ ਚਾਹੁੰਦੇ ਹੋ? ਕੇਵਲ ਅਤੇ ਕੇਵਲ ਕਿਸੇ ਨਾ ਕਿਸੇ ਪਿੰਡ ਦੀ ਜਿਹੜੀ ਆ ਉਹ ਸ਼ਾਮਲਾੜ ਜ਼ਮੀਨ ਜਿਹੜੀ ਉਹ 99 ਸਾਲਾਂ ਲੀਜ਼ 'ਤੇ ਲੈ ਕੇ ਉਹਨੂੰ ਤੁਸੀਂ ਉਹਦੇ 'ਤੇ ਉਹ ਯੂਨੀਵਰਸਿਟੀ ਸਥਾਪਿਤ ਕਰ ਦਿਓਗੇ, ਪਰ ਤੁਹਾਡੇ ਕੋਲ ਰਹਿੰਦੇ ਸਮੇਂ ਉਹਦਾ ਢਾਂਚਾ ਜਿਹੜਾ ਉਹ ਤਿਆਰ ਨਹੀਂ ਕੀਤਾ ਜਾਣਾ ਅਤੇ ਉਹ ਇਸੇ ਤਰ੍ਹਾਂ ਖੂਹ ਖਾਤੇ ਪਿਆ ਰਹੇ। ਬਿਲਕੁਲ, ਗੁਰੂ ਨਾਨਕ ਦੇਵ ਸੋਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ SGPC ਨੇ ਬਣਾਈ, ਕੀ ਆਊਟਪੁੱਟ ਹੈ, ਫੇਲ ਹੋ ਗਈਆਂ ਨੇ? ਮੈਂ ਉਸੇ 'ਤੇ ਟਾਈਮ ਸਾਹਿਬ ਹੋਣਾ, ਉਸ ਵੇਲੇ SGPC ਯੂਨੀਵਰਸਿਟੀ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਬਣਾਈ, ਪਹਿਲੀ ਗੱਲ ਤਾਂ ਇਹ ਸੀ ਕਿ ਜੇ ਬਨਾਰਸ 'ਚ ਹਿੰਦੂ ਯੂਨੀਵਰਸਿਟੀ ਹੋ ਸਕਦੀ ਸੀ ਅਤੇ ਅਲੀਗੜ੍ਹ 'ਚ ਮੁਸਲਿਮ ਯੂਨੀਵਰਸਿਟੀ ਹੋ ਸਕਦੀ ਸੀ ਤਾਂ ਖਾਲਸੇ ਦੀ ਜਨਮ ਭੂਮੀ ਜਾਂ ਆਨੰਦਪੁਰ ਸਾਹਿਬ ਹੁੰਦਾ ਅਤੇ ਜਾਂ ਹੋਰ ਕਿਸੇ ਸਥਾਨ 'ਤੇ ਸਿੱਖ ਯੂਨੀਵਰਸਿਟੀ ਕਿਉਂ ਨਹੀਂ ਸੀ ਹੋ ਸਕਦੀ? ਉਹਦੇ ਵਿੱਚ ਵੀ ਕਿਤੇ ਨਾ ਕਿਤੇ ਬਹੁਤ ਵਾਹ ਵੇਲੇ ਖੜ੍ਹੇ ਹੋਏ ਅਤੇ ਅਖੀਰ ਪ੍ਰੈਸ਼ਰ ਥੱਲੇ ਆ ਕੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਔਰ ਉਹਦੀ ਸਪੇਸ ਦੀ ਜਗ੍ਹਾ ਜਿਹੜੀ ਸੀਗੀ ਉਹ ਗਲਤ ਚੁਣੀ ਗਈ। ਜੇ ਉਹ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਹੁੰਦੀ ਤਾਂ ਸ਼ਾਇਦ ਕਿਤੇ ਨਾ ਕਿਤੇ ਗੁਆਂਢੀ ਸੂਬਾ ਜਿਹੜਾ ਸੀ ਉਹਦੇ ਤੋਂ ਵੀ ਵਿਦਿਆਰਥੀ ਆਉਂਦੇ ਅਤੇ ਮੈਸੇਜ ਵਧੀਆ ਜਾਂਦਾ, ਜਾਂ ਜੀਰਕਪੁਰ ਦੇ ਨੇੜੇ ਜਿੱਥੇ ਕਿ ਤਕਰੀਬਨ 32 ਏਕੜ ਜ਼ਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਈ ਸੀ ਉਹਦੇ 'ਚ ਬਣਾ ਦਿੱਤੀ ਜਾਂਦੀ। ਪਰ ਬਦਕਿਸਮਤੀ ਜਿੱਥੇ ਬਣਾਈ ਗਈ ਉੱਥੇ ਪਹਿਲਾਂ ਹੀ 2 ਕਾਲਜ SGPC ਦੇ ਜਿਹੜੇ ਚੱਲਦੇ ਸੀ, ਜਿਨ੍ਹਾਂ 'ਚ ਬਾਬਾ ਮੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸੀ ਅਤੇ ਮਾਤਾ ਗੁਜਰੀ ਜਿਹੜਾ ਡਿਗਰੀ ਕਾਲਜ ਸੀ, ਦੋਨਾਂ ਦੇ ਵਿਦਿਆਰਥੀ ਜਿਹੜੇ ਸੀ ਉਹ ਟੁੱਟ ਕੇ ਉਹਦੇ। ਮੰਨ ਲਓ ਅਜਿਹੇ ਮੌਕਿਆਂ 'ਤੇ ਬਣੀਆਂ ਯੂਨੀਵਰਸਿਟੀਆਂ ਦੇ ਰਿਜ਼ਲਟ ਕੋਈ ਬਿਹਤਰ ਨਹੀਂ ਹੈ, ਇਹਦੇ ਨਾਲੋਂ ਬਿਹਤਰ ਸੀ ਕੋਈ ITI ਬਣਾ ਦਿੱਤੀ ਜਾਂਦੀ, ਕੋਈ ਟ੍ਰੇਨਿੰਗ ਸੈਂਟਰ ਬਣਦਾ ਜਿਹੜਾ ਲੋਕਾਂ ਦੇ ਕੰਮ ਆਉਂਦਾ। ਸਿੱਧੂ ਸਾਹਿਬ, ਇਹ ਜਿਹੜਾ ਸਾਰਾ ਮਾਮਲਾ ਚੱਲ ਰਿਹਾ, ਕੈਪਟਨ ਸਾਹਿਬ ਕਹਿੰਦੇ ਅਸੀਂ ਇੱਕ ਬਾਬੇ ਨਾਨਕ ਦਾ ਪਿੰਡ ਬਣਾਉਣਾ ਜਿਹਦੇ 'ਤੇ 300 ਕਰੋੜ ਰੁਪਏ ਖਰਚਾ ਆਵੇਗਾ, ਸਟੇਜ ਬਣਾਉਣੀ ਆ, ਇਹ ਕਰਨਾ ਵੋ ਕਰਨਾ, ਸਰਕਾਰ ਇਸ ਨੂੰ ਕੀ ਵਾਕਈ ਗੁਰੂ ਫਲਸਫੇ ਮੁਤਾਬਕ ਮਨਾ ਰਹੀ ਹੈ? ਇਹ ਗੱਲਾਂ ਨੇ ਜੀ, ਹਰ ਇੱਕ ਸਰਕਾਰ ਦੀਆਂ ਗੱਲਾਂ ਨੇ, ਅਕਾਲੀ ਦਲ ਦੀਆਂ ਵੀ ਗੱਲਾਂ ਨੇ। ਦੇਖੋ, ਇਹੀ ਜਿਹੜੇ ਸੀ ਅਕਾਲੀ ਦਲ ਵਾਲੇ ਸੀਗੇ, ਇਹ ਆਪਦੇ ਮੂੰਹ 'ਚੋਂ ਕਹਿੰਦੇ ਸੀ ਵੀ ਕਾਂਗਰਸੀ ਮੰਤਰੀ ਉੱਥੇ ਜਾ ਕੇ ਐਂ ਕਰਿਆ, ਉਹ ਤਾਂ ਕਰਤਾਰਪੁਰ ਦਾ ਨਾਂਗਾ ਖੋਲ੍ਹ ਹੀ ਨਹੀਂ ਸਕਦੇ। ਇਹ ਤਾਂ ਸਾਡੀ ਹੁਣ ਰੀਸੈਂਟ ਗੱਲ ਹੋ ਕੇ ਹਟੀ ਹੈ, ਇਹ ਹੋ ਕੇ ਹਟੀ ਹੈ, ਇਹ ਹੋੜਾਂ ਲੱਗ ਗਈਆਂ ਇਹਨਾਂ ਦੀਆਂ ਨਵਜੋਤ ਸਿੱਧੂ ਦੇ ਖਿਲਾਫ਼ ਬਿਆਨ ਦੇਣ 'ਤੇ। ਇਹੀ ਗੱਲ ਜਿਹੜੀ ਸੀਗੀ ਇਹ ਕਾਂਗਰਸ ਪਾਰਟੀ ਵੱਲੋਂ ਵੀ ਉੱਠੀ ਵੀ ਇਹ ਜਾ ਕੇ ਉੱਥੇ ਜੱਫੀ ਕਿਉਂ ਪਾਇਆ, ਜਾ ਕੇ ਇਹ ਤਾਂ ਇਹ ਹੋ ਹੀ ਨਹੀਂ ਸਕਦਾ। ਜਦੋਂ ਉਹਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਐਲਾਨ ਕਰਤਾ ਵੀ ਮੈਂ ਕੋਰੀਡੋਰ ਇਹ ਖੋਲ੍ਹ ਰਿਹਾ, ਇਹ ਕਰ ਰਿਹਾ, ਫਿਰ ਇਹਨਾਂ ਇਹ ਦੂਜੇ ਪਾਸੇ ਆ ਗਏ ਵੀ ਇਹ ਤਾਂ ਸੁਸ਼ਮਾ ਸਵਰਾਜ ਨੂੰ ਜਾਂਦਾ ਜੀ ਸਿਹਰਾ, ਇਹ ਤਾਂ ਫਲਾਣੇ ਵੇਲੇ ਅਸੀਂ ਤਾਂ ਸ਼ੁਰੂ ਤੋਂ ਲੈ ਕੇ ਇਹ ਕਹਿੰਦੇ ਸੀ ਰਸਤਾ ਖੋਲ੍ਹੋ ਰਸਤਾ ਖੋਲ੍ਹੋ। ਇਹ ਗੱਲ ਇਹ ਹੈ, ਜਿਵੇਂ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਆਇਆ ਕਿ ਜਿਸ ਤਰ੍ਹਾਂ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ, ਖਾਸ ਕਰਕੇ ਭਾਰਤ ਸਰਕਾਰ, ਕੀ ਰੋਲ ਇਹਨਾਂ ਦਾ ਰਹਿ ਗਿਆ? ਜਿਵੇਂ ਕੈਪਟਨ ਸਾਹਿਬ ਨੇ ਫਿਰ ISI ਦਾ ਰੌਲਾ ਪਾ ਲਿਆ ਕਿ ISI ਦੀ ਇੱਛਾ ਮੁਤਾਬਕ ਖੁੱਲ੍ਹ ਰਿਹਾ, ਕੀ ਲੱਗਦਾ ਨਵਜੋਤ ਸਿੰਘ ਸਿੱਧੂ ਨੂੰ ਜਾਣ ਦਿੱਤਾ ਜਾਊ ਜਾਂ ਨਹੀਂ? ਇਹਨੂੰ ਇਹ ਜਾਣ ਦੇਣਗੇ ਜੀ, ਇਹਨੂੰ ਉਦੋਂ ਜਾਣ ਦੇਣਗੇ ਜਦੋਂ ਉੱਥੇ ਫੰਕਸ਼ਨ ਵਗੈਰਾ ਹੋ ਗਏ, ਉਦੋਂ ਜਾਣ ਦੇਣਗੇ ਇਹਨੂੰ। ਵੈਸੇ ਇਹ ਇਹਨਾਂ ਦਾ ਚਾਹੇ ਕੇਂਦਰ ਸਰਕਾਰ ਹੈਗੀ ਹੈ, ਚਾਹੇ ਪੰਜਾਬ ਸਰਕਾਰ ਹੈ, ਚਾਹੇ ਅਕਾਲੀ ਦਲ ਹੈ, ਇਹਨਾਂ ਨੂੰ ਜੇ ਆਪਦੇ ਚਿਹਰੇ ਦੀ ਕਾਲਖ ਮਾੜੀ ਮੋਟੀ ਠੀਕ ਕਰਨੀ ਸੀਗੀ ਤਾਂ ਸਰਨੇ ਵਾਲੀ ਘਟਨਾ ਤੋਂ ਸਬਕ ਲੈ ਕੇ ਇਹ ਸਿੱਧੂ ਨੂੰ ਖੁਸ਼ੀ ਖੁਸ਼ੀ ਤੋਰਦੇ,
ਇੱਥੇ ਮਸਲਾ ਕਿਸੇ ਪ੍ਰੈਸਟੀਜ ਇਸ਼ੂ ਦਾ ਨਹੀਂ ਹੈ ਵੀ ਉਹਨੂੰ ਮੋਦੀ ਦੇ ਬਰਾਬਰ ਉਹਦਾ ਕੱਦ ਕਿਉਂ ਹੈ। ਆਫਟਰ ਆਲ ਹੀ ਇਜ਼ ਇੰਡੀਅਨ, ਹੀ ਇਜ਼ ਸਿੱਖ, ਐਂਡ ਬਿਕਾਜ਼ ਆਫ ਹਿਜ ਐਫਰਟਸ ਦਿਸ ਗ੍ਰੇਟ ਅਚੀਵਮੈਂਟ ਵੀ ਹੈਵ ਗੋਟ। ਬਿਲਕੁਲ। ਖੈਰ ਸੁਰਿੰਦਰ ਸਿੰਘ ਜੀ, ਕੀ ਲੱਗਦਾ ਨਵਜੋਤ ਸਿੰਘ ਸਿੱਧੂ ਦਾ ਉੱਥੇ ਜਾਣਾ, ਜੇ ਉਹਨਾਂ ਨੇ ਜਿਸ ਤਰ੍ਹਾਂ ਥੀਮ ਸੌਂਗ ਵੀ ਕੱਲ੍ਹ ਜਾਰੀ ਕੀਤਾ ਪਾਕਿਸਤਾਨ ਸਰਕਾਰ ਵੱਲੋਂ, ਜਿਸ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਹੈ, ਭਾਰਤੀ ਲੀਡਰਾਂ ਨੂੰ ਸਾਰਿਆਂ ਨੂੰ ਦਿਖਾਇਆ ਗਿਆ, ਹਰਸਿਮਰਤ ਬਾਦਲ ਵੀ ਉਸ ਥੀਮ ਸੌਂਗ ਦੇ ਵਿੱਚ ਹੈ ਅਤੇ ਨਵਜੋਤ ਸਿੰਘ ਸਿੱਧੂ ਵੀ ਹੈ, ਪਰ ਉਹਨਾਂ ਨੇ ਬਰਾਬਰ ਹਰਸਿਮਰਤ ਅਤੇ ਸਿੱਧੂ ਨੂੰ ਬਰਾਬਰ ਰੱਖਿਆ, ਪਰ ਹੁਣ ਵੀਜ਼ੇ ਦੇ ਮਾਮਲੇ 'ਚ ਕਿਉਂਕਿ ਗੇਮ ਭਾਰਤ ਸਰਕਾਰ ਕੋਲ ਹੈ, ਇਹਦੀ ਕੀ ਨਵਜੋਤ ਸਿੰਘ ਸਿੱਧੂ ਨੂੰ ਆਗਿਆ ਮਿਲ ਜਾਏਗੀ? ਨਹੀਂ, ਮੈਨੂੰ ਨਹੀਂ ਲੱਗਦਾ ਆਗਿਆ ਮਿਲੇਗੀ। ਉਹਦੇ 'ਚ ਜਿਹੜੀ ਸਭ ਤੋਂ ਵੱਡੀ ਘਟਨਾ ਵਾਪਰਨੀ ਆ ਉਹ ਕੀ ਕਿ ਭਾਰਤ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਕੋਰੀਡੋਰ ਦਾ ਉਦਘਾਟਨ ਕਰ ਰਿਹਾ, ਪਾਕਿਸਤਾਨ ਵਾਲੇ ਬੰਨਿਓ ਇਮਰਾਨ ਖਾਨ ਜਿਹੜੇ ਆ ਉਹ ਉਦਘਾਟਨ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਤੋਂ ਕਰਾਉਣਗੇ। ਜੋ ਨਵਜੋਤ ਸਿੰਘ ਸਿੱਧੂ ਜਿਹੜਾ ਸੁਣਿਆ ਕੋਈ ਨੀਂਹ ਪੱਥਰ ਵੀ ਉੱਥੇ ਇਹਨਾਂ ਦੇ ਨਾਂ ਦੇ ਬਣ ਗਿਆ, ਪੱਥਰ ਜਿਹੜਾ ਉਹ ਤਕਰੀਬਨ ਤਿਆਰ ਹੋ ਚੁੱਕਿਆ ਤੇ ਭਾਰਤ ਸਰਕਾਰ ਕਦੀ ਵੀ ਨਹੀਂ ਚਾਹੇਗੀ ਕਿ ਨਵਜੋਤ ਸਿੰਘ ਸਿੱਧੂ ਨੂੰ ਇੰਨੀ ਪਬਲਿਸਿਟੀ ਜਿਹੜੀ ਉਹ ਮਿਲੇ ਕਿ ਜਿੱਥੇ ਇੱਕ ਬੰਨਿਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਦਘਾਟਨ ਕਰ ਰਹੇ ਤੇ ਦੂਜੇ ਬੰਨਿਓ ਨਵਜੋਤ ਸਿੰਘ ਸਿੱਧੂ ਕਰ ਰਿਹਾ। ਇਸ ਕਰਕੇ ਇਹਨੂੰ ਤਾਰ ਪੀਡੋ ਕੀਤਾ ਜਾਏਗਾ। ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਗੱਲ ਕੀਤੀ ਆ ਕਿ ਜਦੋਂ ਸਰਨਾ ਜਿਹੜਾ ਸੀਗਾ ਪਰਮਜੀਤ ਸਿੰਘ ਸਰਨਾ ਨਗਰ ਕੀਰਤਨ ਲੈ ਕੇ ਗਏ, ਜੋ ਉਸ ਨਗਰ ਕੀਰਤਨ ਦੇ ਵਿੱਚ ਕੀਤਾ ਗਿਆ ਪਰਮਜੀਤ ਸਿੰਘ ਸਰਨਾ ਨੂੰ ਰੋਕ ਲਿਆ ਗਿਆ ਉਹ ਵੱਖਰੀ ਗੱਲ। ਦੇਖੋ ਜਦੋਂ ਪਾਕਿਸਤਾਨ ਤੋਂ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈ ਕੇ ਆਈ ਆ, ਉਸ ਵੇਲੇ ਬੱਸ ਅਤੇ ਪਾਲਕੀ ਸਾਹਿਬ ਸਾਰਾ ਕੁਝ ਸਹੀ ਸਲਾਮਤ ਇੰਡੀਆ ਵਾਲੇ ਬੰਨੇ ਆਇਆ, ਲੇਕਿਨ ਇੱਥੇ ਬੱਸ ਰੋਕ ਲਈ ਗਈ। ਜਿਹੜੀ ਪਾਲਕੀ ਸਾਹਿਬ ਸੀ ਉਹਦੀ ਪਰਮਿਸ਼ਨ 6 ਦਿਨ ਪਹਿਲਾਂ ਦੀ ਪਰਮਜੀਤ ਸਿੰਘ ਸਰਨਾ ਨੇ ਲਈ ਹੋਈ ਸੀ, ਉਹਨੇ ਮੌਕੇ 'ਤੇ ਦਿਖਾਈ, ਜਿਹਦਾ ਕਰਕੇ ਪਾਲਕੀ ਸਾਹਿਬ ਰੋਕ ਨਹੀਂ ਸਕੇ। ਪਰ ਬੜੀ ਬਦਕਿਸਮਤੀ ਕਿ ਨਗਰ ਕੀਰਤਨ ਜਾ ਰਹੇ ਹੋਏ ਨੂੰ ਰੋਕਣਾ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰ 'ਤੇ ਲਿਜਾਣਾ ਅਤੇ ਪਾਲਕੀ ਸਾਹਿਬ ਸਾਰੀ ਦੀ ਸਾਰੀ ਕਿਹਾ ਖੋਲ੍ਹ ਕੇ ਲੈ ਕੇ ਜਾਓ, ਹੱਥਾਂ 'ਚ ਪਕੜ ਕੇ ਲਿਜਾਣੀ ਪਈ। ਇਸ ਤੋਂ ਵੱਡੀ ਬੇਅਦਬੀ ਜਿਹੜੀ ਉਹ ਕੋਈ ਹੋ ਨਹੀਂ ਸਕਦੀ, ਜਿਹਦੇ ਪਿੱਛੇ ਕੇਂਦਰ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਸਿੱਧੇ ਤੌਰ 'ਤੇ ਜ਼ਿੰਮੇਵਾਰ ਆ। ਇਨ ਜੀ, ਨਵਜੋਤ ਸਿੰਘ ਸਿੱਧੂ ਨੂੰ ਇਮਰਾਨ ਖਾਨ ਕਿਉਂ ਇੰਨਾ ਪ੍ਰਮੋਟ ਕਰ ਰਿਹਾ ਜਾਂ ਉਹਨੂੰ ਇੰਨਾ ਸਤਿਕਾਰ ਕਿਉਂ ਦੇ ਰਿਹਾ? ਕੀ ਇਸ ਕਰਕੇ ਕਿ ਜਿਹੜਾ ਸਿੱਖ ਭਾਈਚਾਰਾ ਅੱਜ ਨਵਜੋਤ ਸਿੰਘ ਸਿੱਧੂ ਦੀ ਬੈਕ 'ਤੇ ਹੈ, ਜਾਂ ਉਹ ਇੱਕ ਕੇਂਦਰੀ ਲੀਡਰ ਵਜੋਂ ਉੱਭਰ ਰਿਹਾ, ਕਾਂਗਰਸ ਪਾਰਟੀ ਉਹਦੀ, ਅਕਾਲੀ ਦਲ ਵੀ, BJP ਤਿੰਨੋਂ ਪਾਰਟੀਆਂ ਨੂੰ ਖਤਮ ਕਰ ਰਹੀਆਂ ਨੇ, ਪਰ ਨਵਜੋਤ ਸਿੰਘ ਸਿੱਧੂ ਨੂੰ ਨਿੱਜੀ ਕਾਰਨਾਂ ਕਰਕੇ, ਆਪਣੀ ਨਿੱਜੀ ਦੋਸਤੀ ਕਰਕੇ ਇਮਰਾਨ ਇੰਨੀ ਜਗ੍ਹਾ ਦੇ ਰਿਹਾ, ਜਾਂ ਕੋਈ ਹੋਰ ਕਾਰਨ ਹੈ? ਇਹਦਾ ਸਿੱਧੂ ਨੂੰ ਕੀ ਨਫ਼ਾ ਅਤੇ ਕੀ ਨੁਕਸਾਨ ਰਹੇਗਾ? ਮੈਂ ਪਹਿਲੀ ਗੱਲ ਤਾਂ ਇਹ ਹੈ ਕਿ ਜਿੱਥੋਂ ਤੱਕ ਉਹਨੂੰ ਇੰਨਾ ਕ੍ਰੈਡਿਟ ਦੇਣ ਦੀ ਗੱਲ ਆ ਕਿ ਦੇਖੋ ਜਦੋਂ ਇਮਰਾਨ ਖਾਨ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣੀ ਸੀ ਤਾਂ ਸਿਰਫ 3 ਸ਼ਖਸੀਅਤਾਂ ਸੀ ਭਾਰਤ 'ਚੋਂ ਜਿਹੜੀਆਂ ਕਿ ਤਿੰਨੋਂ ਕ੍ਰਿਕਟ ਦੇ ਨਾਲ ਸੰਬੰਧਿਤ ਸੀ, ਤਿੰਨਾਂ ਨੂੰ ਹੀ ਸੱਦਿਆ ਗਿਆ। ਉਹਨਾਂ 'ਚ ਸੁਨੀਲ ਗਵਾਸਕਰ, ਕਪਿਲ ਦੇਵ ਅਤੇ ਨਵਜੋਤ ਸਿੰਘ ਸਿੱਧੂ, ਤਿੰਨੋਂ ਸੀ, ਤਿੰਨੋਂ ਸੱਦਿਆ ਗਿਆ। ਦੋਵਾਂ ਨੇ ਨਿੱਜੀ ਰਜੇਵਿਆਂ ਕਰਕੇ ਜਾਣ ਤੋਂ ਮਨਾ ਕਰਤਾ ਅਤੇ ਇਕੱਲੇ ਅਤੇ ਇਕੱਲੇ ਕੇਵਲ ਅਤੇ ਕੇਵਲ ਨਵਜੋਤ ਭਾਰਤੀਆਂ ਤੋਂ ਡਰਦਿਆਂ ਨੇ ਕਰਤਾ। ਨਵਜੋਤ ਸਿੰਘ ਸਿੱਧੂ ਹੈ ਜੇ ਨਵਜੋਤ ਸਿੰਘ ਸਿੱਧੂ ਭਾਰਤੀਆਂ ਨਹੀਂ ਜੀ, ਹਿੰਦੂਆਂ ਤੋਂ ਡਰਦਿਆਂ ਨੇ ਕਰਤਾ, ਜਿਹੜੇ ਸੋ ਕਾਲਡ ਹੈ। ਨਵਜੋਤ ਸਿੰਘ ਸਿੱਧੂ ਤੇ ਜਾਣ ਨਾਲ ਜੇ ਰਸਤਾ ਖੁੱਲਿਆ ਤੇ ਬੜੇ ਖੁੱਲੇ ਦਿਲ ਨਾਲ ਜਿਹੜਾ ਉਹ ਸਵੀਕਾਰ ਕਰ ਲੈਣਾ ਚਾਹੀਦਾ ਸੀ, ਪਰ ਬਦਕਿਸਮਤੀ ਸਵੀਕਾਰ ਨਹੀਂ ਕੀਤਾ ਗਿਆ। ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਖਿੱਲੀ ਉਡਾਈ ਗਈ ਪੂਰੇ ਅਕਾਲੀ ਦਲ ਵੱਲੋਂ ਤੇ ਕੇਂਦਰ ਸਰਕਾਰ ਵੱਲੋਂ। ਜਦੋਂ ਸੱਦਾ ਪੱਤਰ ਆ ਗਿਆ, ਉਹ ਸੱਦੇ ਪੱਤਰ ਤੋਂ ਬਾਅਦ ਕਹਿ ਦਿੱਤਾ ਜੀ ਇਹ ਤਾਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਦੀ ਗੱਲ ਆ, ਇਹ 'ਚ ਨਵਜੋਤ ਸਿੰਘ ਸਿੱਧੂ ਦਾ ਕੋਈ ਲੈਣਾ ਦੇਣਾ। ਲੇਕਿਨ ਜਦੋਂ ਵਾਰ ਵਾਰ ਨਵਜੋਤ ਸਿੰਘ ਸਿੱਧੂ ਨੂੰ ਕ੍ਰੈਡਿਟ ਜਿਹੜਾ ਜਦੋਂ ਅਸੀਂ ਆਮ ਪਬਲਿਕ ਦੀ ਗੱਲ ਕਰਦੇ ਹਾਂ ਉਹਦੇ 'ਚ ਨਵਜੋਤ ਸਿੰਘ ਸਿੱਧੂ ਨੂੰ ਕ੍ਰੈਡਿਟ ਜਾਂਦਾ, ਲੇਕਿਨ ਜਦੋਂ ਸਰਕਾਰ ਦੇ ਲੈਵਲ ਦੀ ਗੱਲ ਕਰਦੇ ਹਾਂ ਤੇ ਉਦੋਂ ਉਹਨੂੰ ਜਿਹੜਾ ਉਹ ਖੁੱਡੇ ਲੈਣ ਲਾਉਣ ਦੀ ਗੱਲ ਆਉਂਦੀ ਹੈ। ਰਹੀ ਗੱਲ ਕਿ ਇਹਦਾ ਨਫ਼ਾ ਨੁਕਸਾਨ, ਮੋਸਟਲੀ ਇਹਦਾ ਨਵਜੋਤ ਸਿੰਘ ਸਿੱਧੂ ਨੂੰ ਪਿੱਛੇ ਵੀ ਨੁਕਸਾਨ ਹੋਇਆ ਤੇ ਆਉਣ ਵਾਲੇ ਸਮੇਂ 'ਚ ਵੀ ਨੁਕਸਾਨ ਹੋਣਾ ਤੇ ਨੁਕਸਾਨ ਇਮਰਾਨ ਖਾਨ ਨੂੰ ਵੀ ਹੋਣਾ, ਕਿਉਂਕਿ ਉੱਧਰ ਵੀ ਬੈਠੀਆਂ ਕੁਛ ਅਜਿਹੀਆਂ ਤਾਕਤਾਂ ਜਿਹੜੇ ਉੱਧਰ ਦੇ ਸੱਜੇ ਪੱਖੀ ਜਿਵੇਂ ਰਿਜਵੀ ਵਰਗੇ ਮਲਾਣੇ ਨੇ, ਜਿਹੜੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਤਾਂ ਜਿਹੜੀ ਗਵਰਨਰ ਸਮਦ ਦੀ ਬੇਟੀ ਦੀ ਕਬਰ ਤੋਂ ਤਲਵਾਰ ਚੱਕ ਕੇ ਲੈ ਗਿਆ, ਕੁਰਾਨ ਚੱਕ ਕੇ ਲੈ ਗਿਆ। ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਵੀ ਉਹਨਾਂ ਲੋਕਾਂ ਨੇ ਤੋੜਿਆ ਸੀਗਾ ਜਿਹੜੇ ਉੱਥੋਂ ਦਾ ਰਾਈਟ ਵਿੰਗ ਹੈ ਮਲਾਣੇ ਨੇ, ਜਿਹੜੇ ਇਮਰਾਨ ਦਾ ਵਿਰੋਧ ਕਰ ਰਹੇ ਨੇ। ਕੀ ਜਿਸ ਤਰ੍ਹਾਂ ਅੰਤਰਰਾਸ਼ਟਰੀ ਪੱਧਰ 'ਤੇ ਇਸ ਕੋਰੀਡੋਰ ਨੂੰ ਖੋਲ੍ਹਣ 'ਤੇ ਅਮਰੀਕਾ ਨੇ ਵੀ ਇਮਰਾਨ ਸਰਕਾਰ ਦੀ ਤਾਰੀਫ ਕੀਤੀ ਹੈ, ਅੰਤਰਰਾਸ਼ਟਰੀ ਭਾਈਚਾਰੇ ਦੇ ਵਿੱਚ ਵੀ ਉਹਨੇ ਆਪਣੀ ਛਵੀ ਸੁਧਾਰੀ ਹੈ, ਕੱਟੜਤਾ ਵਾਲਾ ਪੱਖ ਲਾਂਭੇ ਕਰਕੇ ਪਾਕਿਸਤਾਨ ਦਾ ਲਿਬਰਲ ਪੱਖ ਉਹਨਾਂ ਨੇ ਉਭਾਰਿਆ, ਅਤੇ ਇਸ ਦੌਰਾਨ ਉਹਨਾਂ ਨੇ ਹਿੰਦੂ ਮੰਦਰਾਂ ਦੀ ਵੀ ਸਾਂਭ ਸੰਭਾਲ ਕੀਤੀ ਹੈ, ਕਟਾਸਰਾਜ ਜਾਂ ਹੋਰ ਮੰਦਰਾਂ ਦੀ ਵੀ ਜਿਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀਗਾ। ਪਰ ਕੀ ਇਸ ਦੌਰਾਨ ਇਮਰਾਨ ਖਾਨ ਦਾ ਅਕਸ ਤੁਹਾਨੂੰ ਲੱਗਦਾ ਹੈ ਕਿ ਇਸ ਮਾਮਲੇ ਸੁਧਰੇਗਾ, ਕਿਉਂਕਿ 17 ਨਵੰਬਰ ਤੋਂ ਪਹਿਲਾਂ ਅਯੁੱਧਿਆ ਬਾਬਰੀ ਮਸਜਿਦ ਮਾਮਲੇ ਦੇ ਵਿੱਚ ਫੈਸਲਾ ਆਉਣਾ,
ਜਿਸ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਮੁਸਲਮਾਨਾਂ ਨੂੰ ਨੁਕਸਾਨਦਾਇਕ ਮੰਨੀਆਂ ਜਾ ਸਕਦੀਆਂ ਨੇ ਕਿ ਫੈਸਲਾ ਬਾਬਰੀ ਮਸਜਿਦ ਦੇ ਖਿਲਾਫ ਆ ਸਕਦਾ। ਕੀ ਇਹ ਸਾਰੇ ਦੇ ਹੋਣ ਦੇ ਬਾਵਜੂਦ ਕੀ ਇਮਰਾਨ ਨੂੰ ਇਸ ਦੋਨਾਂ ਮਸਲਿਆਂ ਦਾ ਕੋਈ ਨੁਕਸਾਨ ਹੋ ਸਕਦਾ? ਨਹੀਂ, ਨੁਕਸਾਨ ਤਾਂ ਮੈਂ ਪਹਿਲਾਂ ਟਵਾਣਾ ਸਾਹਿਬ ਗੱਲ ਕੀਤੀ, ਨਵਜੋਤ ਸਿੰਘ ਸਿੱਧੂ ਦਾ ਨੁਕਸਾਨ ਹੋ ਚੁੱਕਿਆ ਤੇ ਹੋਰ ਵੀ ਹੋਏਗਾ, ਉਧਰ ਇਮਰਾਨ ਖਾਨ ਦਾ ਵੀ ਹੋਏਗਾ, ਕਿਉਂਕਿ ਦੋਨੋਂ ਬੰਨੇ ਕੱਟੜਪੰਥੀ ਜਿਹੜੇ ਬੈਠੇ ਨੇ ਉਹ ਕਦੀ ਨਹੀਂ ਚਾਹੁੰਦੇ ਕਿ ਇਹ ਰਸਤਾ ਜਿਹੜਾ ਖੁੱਲ੍ਹੇ ਅਤੇ ਦੋਨੋਂ ਦੇਸ਼ ਇੱਕ ਦੂਜੇ ਦੇ ਨਜ਼ਦੀਕ ਆਉਣ। ਉਹਨਾਂ ਦੀਆਂ ਰੋਟੀਆਂ ਇਸੇ ਗੱਲ 'ਤੇ ਸੇਕੀਆਂ ਜਾਂਦੀਆਂ ਨੇ। ਜਿੱਦਾਂ ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ 'ਚ ਅਸੀਂ ਜ਼ੁਲਫਕਾਰ ਅਲੀ ਭੁੱਟੋ ਤੋਂ ਦੇਖ ਕਿਤੇ ਆਏ, ਕਿਸੇ ਵੀ ਪ੍ਰਧਾਨ ਮੰਤਰੀ ਨੂੰ ਅੱਜ ਤੱਕ ਬਖਸ਼ਿਆ ਨਹੀਂ ਗਿਆ, ਚਾਹੇ ਉਹ ਫਾਂਸੀ ਦੇ ਫੰਦੇ 'ਤੇ ਚੜਾਇਆ ਗਿਆ, ਚਾਹੇ ਉਹ ਗੱਦੀ ਤੋਂ ਉਤਾਰ ਕੇ ਜੇਲ੍ਹ 'ਚ ਤੱਕ। ਇਮਰਾਨ ਨੂੰ ਹੁਣ ਵੀ ਜਿਹੜਾ ਹਿਜ਼ਬੁਲ ਜਿਹੜੇ ਇੱਕ ਮੌਲਵੀ ਨੇ ਉਹਨਾਂ ਵੱਲੋਂ ਘੇਰਿਆ ਜਾ ਰਿਹਾ, ਜਿਹੜਾ ਇਹੀ ਕੁਛ ਨਵਜੋਤ ਸਿੱਧੂ ਨਾਲ ਹੋਇਆ, ਆਪਣੀ ਸਰਕਾਰ ਨੇ ਖੁੱਡੇ ਲੈਣ ਲਾਇਆ, ਇੱਥੋਂ ਤੱਕ ਕਿ ਜਿਹੜੇ ਵਿਰੋਧੀ ਸੀ ਉਹਨਾਂ ਨੇ ਤਾਂ ਲਾਉਣਾ ਹੀ ਲਾਉਣਾ ਸੀਗਾ, ਨੁਕਸਾਨ ਦੋਨਾਂ ਦਾ। ਪੋਲੀਟੀਕਲੀ ਜੇ ਸੋਚ ਕੇ ਚੱਲੋ ਦੋਨਾਂ, ਵੈਸੇ ਕ੍ਰੈਡਿਟ ਦੋਨਾਂ ਨੂੰ ਜਾਂਦਾ, ਜਦੋਂ ਇਤਿਹਾਸ ਲਿਖਿਆ ਜਾਏਗਾ ਇਤਿਹਾਸ ਨੂੰ ਛੱਡੋ, ਲੇਕਿਨ ਇਤਿਹਾਸ 'ਚ ਇਹਨਾਂ ਦੋਨਾਂ ਦਾ ਨਾਮ ਜਿਹੜਾ ਉਹ ਦਰਜ ਰਹੇਗਾ। ਲੇਕਿਨ ਇਹ ਆ ਕਿ ਪੋਲੀਟੀਕਲੀ ਦੋਨਾਂ ਦਾ ਨੁਕਸਾਨ ਇਹ ਸਮਝ ਕੇ ਚੱਲੋ ਕਿ ਹੋ ਚੁੱਕਿਆ, ਉਸ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ, ਕਿਉਂਕਿ ਦੋਨੋਂ ਬੰਨੇ ਕੱਟੜਪੰਥੀ ਜਿਹੜੇ ਬੈਠੇ ਨੇ ਉਹ ਕਦੀ ਨਹੀਂ ਚਾਹੁੰਦੇ, ਜਦੋਂ ਕਿ ਆਵਾਮ ਪਰ ਆਵਾਮ ਤਾਂ ਜ਼ਿਆਦਾਤਰ ਇੰਡੀਆ ਦਾ ਵੀ ਜਿਹੜਾ ਪੰਜਾਬ ਦਾ ਖਾਸ ਕਰਕੇ ਉੱਧਰ ਜਿਹੜਾ ਲਿਬਰਲ ਆਵਾਮ ਹੈ ਉਹ ਵੀ ਸਪੋਰਟ ਦਾ ਇਮਰਾਨ ਦੀ ਕਰਦਾ, ਕਿਉਂਕਿ ਸਵਾਗਤ ਮੁਸਲਮਾਨ ਭਾਈਚਾਰਾ ਬਹੁਤ ਕਰਦਾ। ਸਿੱਧੂ ਸਾਹਿਬ, ਜਿਸ ਤਰ੍ਹਾਂ ਹੁਣ ਕਿਹਾ ਜਾ ਰਿਹਾ, ਭਾਰਤੀ ਮੀਡੀਆ ਗੱਲ ਕਰ ਰਿਹਾ ਕਿ 70 ਲੱਖ ਰੁਪਈਆ ਰੋਜ਼ ਪਾਕਿਸਤਾਨ ਕਮਾਵੇਗਾ, ਉੱਥੇ ਇੰਨਾ ਬਿਜ਼ਨਸ ਉਹਨੂੰ ਮਿਲੇਗਾ, ਕੀ ਇਹਦਾ ਤੁਸੀਂ ਹਾਨੀ ਲਾਭ ਕੀ ਵੇਖਦੇ ਹੋ? ਇਹ ਤਾਂ ਇਹ ਚਾਹੁੰਦੇ ਆ ਜੀ ਵੀ ਉਹ ਕਰਤਾਰਪੁਰ ਦਾ ਸਾਡੇ SGPC ਨੂੰ ਦੇ ਦੇਣ, ਅਸੀਂ ਉੱਥੋਂ ਗੱਫੇ ਛਕੀਏ, ਚੜਾਵਾ ਸਾਡੇ ਕੋਲ ਆ ਜੇ, ਫਿਰ ਇਹ ਉਦੋਂ ਕਹਿਣਗੇ ਵੀ ਆਹ $20 ਜਿਹੜੀ ਫੀਸ ਰੱਖੀ ਹੈ ਨਾ ਇਮਰਾਨ ਖਾਨ ਨੇ, ਇਹ ਘੱਟ ਹੈ, ਇਹ ਵੱਧ ਕਰੋ, ਆਪਦਾ ਨਹੀਂ ਇਹ ਕੁਛ ਦੇਖਦੇ। ਹਨਾ, ਕੀ ਉਸ ਇਲਾਕੇ ਦੀ ਵੀ ਡਿਵੈਲਪਮੈਂਟ ਹੋਵੇਗੀ ਜਿਵੇਂ ਸੰਗਤ? ਬਿਲਕੁਲ ਹੋਏਗੀ ਜੀ, ਬਿਲਕੁਲ ਡਿਵੈਲਪਮੈਂਟ ਹੋਣੇ ਤੋਂ ਦਿਖ ਰਹੀ ਹੈ, ਬੜੀ ਵਧੀਆ ਡਿਵੈਲਪਮੈਂਟ ਦਿਖ ਰਹੀ ਹੈ। ਇਹ ਪਹਿਲਾਂ ਪਿੱਛੇ ਜੇ ਆ 2 ਦਿਨ ਪਹਿਲਾਂ ਜੇ $20 ਫੀਸ ਜਾਂਦੀ ਹੈ, 1400 ਰੁਪਈਆ ਬੰਦਾ, ਕਿੰਨੀ ਵੱਡੀ ਗੱਲ ਹੈ, ਉੱਥੇ ਬੰਦਾ ਖਾਏਗਾ ਵੀ, ਲੰਗਰ ਤਾਂ ਫ੍ਰੀ ਖਾਏਗਾ, ਕਿੰਨੀ ਵੱਡੀ ਗੱਲ ਹੈ, ਮਤਲਬ ਕਿੰਨਾ ਕੁ ਨਫਾ ਨੁਕਸਾਨ ਹੋਏਗਾ ਉਹਨਾਂ ਨੂੰ, ਕਿੰਨਾ ਕੁ ਪ੍ਰੋਫਿਟ ਕਮਾਉਣਾ ਉਹਨਾਂ ਨੂੰ? ਨੁਕਸਾਨ ਕੋਈ ਨਹੀਂ ਜੀ, ਉਹਨਾਂ ਨੇ ਜਿਹੜੀ ਵਰਡ ਇੰਨਾ ਨਫਾ ਵੀ ਨਹੀਂ ਹੈ ਵਾਲਾ ਕੋਈ, ਨਹੀਂ ਨਾ ਨਫਾ ਤਾਂ ਹੈ ਹੀ ਨਹੀਂ ਉਹਨਾਂ ਨੂੰ, ਉਹਦਾ ਨੁਕਸਾਨ ਵੀ ਕੋਈ ਨਹੀਂ। ਨੁਕਸਾਨ ਇਹ ਹੈ ਵੀ ਪਬਲਿਕ ਦਾ ਜਿਹੜਾ ਵਰਲਡ ਲੈਵਲ ਦੀ ਜਿਹੜੀ ਹੈਗੀ ਆ ਓਪੀਨੀਅਨ, ਉਹਨਾਂ ਦੇ ਹੱਕ 'ਚ ਜਾਂਦੀ ਹੈ ਇਸ ਗੱਲ 'ਤੇ। ਉਹ ਮੁਸਲਮਾਨ ਹੁੰਦੇ ਹੋਏ ਵੀ ਦਿਖਾ ਰਹੇ ਹੈ ਵੀ ਅਸੀਂ ਦੇਖੋ ਕਿੱਡੇ ਫਰਾਖ ਦਿਲ ਹਾਂ, ਅਸੀਂ ਕਿੰਨੇ ਸਾਡੇ 'ਚ ਕੋਈ ਇਹ ਭੇਦਭਾਵ ਨਹੀਂ, ਸਾਡੇ 'ਚ ਕੋਈ ਕੱਟੜਤਾ ਨਹੀਂ ਹੈ। ਇਹ ਪਹਿਲਾ ਪ੍ਰਧਾਨ ਮੰਤਰੀ ਹੈ ਅੱਜ ਤੱਕ, ਜੇ ਪਰਵੇਜ਼ ਮੁਸ਼ਰਫ ਹੁੰਦਾ, ਇੱਥੇ ਕੋਈ ਹੋਰ ਹੁੰਦਾ, ਦੂਜਾ ਬੰਦਾ ਹੁੰਦਾ, ਨਵਾਜ਼ ਸ਼ਰੀਫ ਹੁੰਦਾ, ਇਹ ਕਿਵੇਂ ਇਹ ਗੱਲਾਂ ਸੰਭਵ ਹੀ ਨਹੀਂ ਸੀ। ਦੇਖੇ ਬੰਦਾ ਉੱਥੇ ਲੰਗਰ ਫ੍ਰੀ ਖਾਏਗਾ, ਚੜਾਵਾ ਚਲੋ 150 ਰੁਪਏ ਚੜਾ ਦੇਗਾ, ਵਾਲੀਆਂ ਉੱਥੇ ਨਾਰੋ ਵਾਲੀਆਂ ਜੁੱਤੀਆਂ ਖਰੀਦ ਲਏਗਾ, ਕੀ ਪਾਕਿਸਤਾਨ ਦਾ ਵਪਾਰ ਕਿੰਨਾ ਕਿਹਦੇ ਨਾਲ ਵਧੇਗਾ ਜਿਹੜਾ ਉੱਥੇ ਸ਼ਰਧਾਲੂਆਂ ਦੇ ਜਾਣ ਦਾ? ਚਲੋ ਵਪਾਰ ਜਿਹੜੇ ਥੱਲੇ ਵਾਲਾ ਜਿਹੜਾ ਹੈਗਾ ਪਬਲਿਕ ਦਾ, ਉਹ ਤਾਂ ਹੈਗਾ, ਜਦੋਂ ਕੋਈ ਵੀ ਫੇਅਰ ਹੁੰਦਾ, ਫੈਸਟੀਵਲ ਹੁੰਦਾ, ਰਿਲੀਜੀਅਸ ਪਲੇਸ ਦੇ ਉੱਤੇ ਕੋਈ ਇਕੱਠ ਹੁੰਦਾ, ਨੈਚੁਰਲੀ ਟ੍ਰੇਡ ਦਾ ਤਾਂ ਹੈਗਾ ਹੀ ਹੈ, ਟ੍ਰੇਡ ਦਾ ਤਾਂ ਵੱਖਰੀ ਗੱਲ ਹੈਗੀ ਹੈ, ਲੇਕਿਨ ਜਿਹੜੀ ਕੜੱਤਣ ਨੂੰ ਦੂਰ ਕਰਨ ਦੀ ਗੱਲ, ਉਹ ਬਹੁਤ ਵੱਡੀ ਪ੍ਰਾਪਤੀ ਹੈ, ਦੋਨਾਂ ਦੇਸ਼ਾਂ ਦੀ ਪ੍ਰਾਪਤੀ ਹੈ। ਇਹਨਾਂ ਨੇ ਇਹ ਤਾਂ ਹੁਣ ਠਿੱਬੀਆਂ ਮਾਰਨ ਨੂੰ ਲੱਗੇ ਹੋਏ ਹੈ, ਦੇਖੋ ਜੀ ਉਹ ਨਾਰੋਵਾਲ 'ਚ ਕੈਂਪ ਚੱਲ ਪਏ, ਹੁਣ ਕੈਂਪ ਚੱਲ ਪਏ ਅਤੇ ਉਹਦੇ ਵਿੱਚ ਕੈਪਟਨ ਨੇ ਕੁਛ ਕਰਨਾ ਹੈ ਜਾਂ ਅਕਾਲੀ ਦਲ ਨੇ ਕੁਛ ਕਰਨਾ ਹੈ ਜਾਂ ਮੋਦੀ ਨੇ ਕਰਨਾ, ਉਹ ਤਾਂ ਏਜੰਸੀਆਂ ਕਰਨਗੀਆਂ ਜਿਹੜਾ ਕੁਛ ਕਰਨਗੀਆਂ, ਇਹ ਆਪਦਾ ਕਰੀ ਜਾਣ ਸਟੇਜਾਂ ਦੇ ਉੱਤੇ, ਜੋ ਮਰਜ਼ੀ ਕਰੀ ਜਾਣ, ਰੌਲਾ ਪਾਈ ਜਾਣ। ਤੁਸੀਂ ਸੁਰਿੰਦਰ ਸਿੰਘ ਜੀ ਇਸ ਪੰਜਾਬ ਦੇ ਖਾੜਕੂਵਾਦ ਨੂੰ ਬਹੁਤ ਨੇੜਿਓਂ ਵੇਖਿਆ, ਤਨ 'ਤੇ ਹੰਢਾਇਆ, ਦੋ ਤਰਾਸਦੀਆਂ ਨੂੰ ਬਹੁਤ ਨੁਕਸਾਨ ਚੱਲਿਆ, ਇਸ ਦੌਰਾਨ ਹੁਣ ਜਿਹੜਾ ਭਾਰਤੀ ਮੀਡੀਆ, ਹਿੰਦੁਸਤਾਨੀ ਮੀਡੀਆ ਕਹਿ ਰਿਹਾ ਕਿ ਨਾਰੋਵਾਲ ਦੇ ਵਿੱਚ ਕੈਂਪ ਲੱਗ ਗਿਆ, ਜੇ ਉਹਨਾਂ ਨੇ ਕੈਂਪ ਚਲਾਉਣਾ ਵੀ ਹੈ ਤਾਂ ਘੱਟੋ ਘੱਟ ਅਜਿਹੇ ਮੌਕੇ ਤਾਂ ਉਹ ਗੁਰੇਜ਼ ਕਰਨਗੇ, ਕਰਨਗੇ। ਇਹਨਾਂ 'ਚ ਕਿੰਨੀ ਕੁ ਸੱਚਾਈ ਹੈ ਕਿ ਉੱਥੇ ਜਾ ਕੇ ਕਿੰਨੀ ਕੁ ਟ੍ਰੇਨਿੰਗ ਬੰਦਾ ਲੈ ਲਏਗਾ ਇੱਕ ਦਿਨ 'ਚ ਜਾ ਕੇ? ਜਿਹਨੇ ਟ੍ਰੇਨਿੰਗ ਲੈਣੀ ਉਹ ਤਾਂ 80 ਦੇ ਦਹਾਕੇ 'ਚ ਤਾਂ ਇਹ ਕੁਛ ਆਇਆ ਨਹੀਂ ਸੀ, ਬਾਰਡਰ ਵੀ ਜਾਮ ਸੀ, ਫਿਰ ਵੀ ਟ੍ਰੇਨਿੰਗ ਲੈ ਲਈ, ਹੁਣ ਇਹ ਵਿਆਹ 'ਚ ਬੀ ਦਾ ਲੇਖਾ ਕਿਉਂ ਪਾ ਰਿਹਾ? ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਂਟ ਜਿਹੜਾ ਕਹਿੰਦਾ ਕਿ ISI ਦੀ ਚਾਲ ਹੈ, 70 ਸਾਲ ਹੋ ਗਏ ਉਦੋਂ ਇਮਰਾਨ ਨੂੰ ਇਹ ਕਰਤਾਰਪੁਰ ਨਹੀਂ ਯਾਦ ਆਇਆ, ਹੁਣੇ ਕਿਉਂ ਯਾਦ ਹੋਇਆ? ਕਪਤਾਨ ਸਾਹਿਬ ਨੂੰ ਪੁੱਛੋ, 2003 'ਚ ਤੈਂ ਇੰਡੋ ਪਾਕ ਗੇਮ ਕਰਾਈਆਂ ਸੀ ਜਦੋਂ ਰੂਸਾ ਵਾਲਾ ਉਹਨਾਂ ਗੇਮ 'ਚ ਹੀ ਆਈ ਸੀ, ਉਰੇ ਸਾਬਕਾ ਦੀ ਜਰਨਲਿਸਟ ਬਣ ਕੇ, ਕੀ ਉਦੋਂ ਨਹੀਂ ਸੀ ਫੌਜੀ ਮਰਦੇ? ਇੰਡੋ ਪਾਕ ਗੇਮਸ ਕੈਪਟਨ ਨੇ ਕਰਾਈਆਂ ਸੀਗੀਆਂ, ਕਿੰਨੇ ਖਿਡਾਰੀ ਪਟਿਆਲਾ ਆਏ, ਕਿੰਨੇ ਇਧਰਲੇ ਖਿਡਾਰੀ ਉੱਧਰ ਗਏ, ਉਦੋਂ ਕਿੰਨੇ ਜੇ 70 ਸਾਲ ਪਹਿਲਾਂ ਦੀ ਗੱਲ ਕਰਦੇ, 70 ਸਾਲ ਯਾਦ ਨਹੀਂ ਆਇਆ? 70 ਸਾਲ ਪਹਿਲਾਂ ਜਿਹੜਾ ਇਮਰਾਨ ਖਾਨ ਸੀ ਕਦੋਂ, ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ 70 ਸਾਲ ਦੀ ਗੱਲ ਕਰਦੇ ਆ, ਦੇਖੋ ਜੇ ਔਰੰਗਜ਼ੇਬ ਨੇ
ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਪੂਰੇ ਦੇ ਉੱਤੇ ਅਤਿਆਚਾਰ ਕੀਤਾ ਤਾਂ ਉੱਥੇ ਸਾਨੂੰ ਦੀਵਾਨ ਟੋਡਰ ਮੱਲ ਅਤੇ ਨਵਾਬ ਮਲੇਰਕੋਟਲਾ ਅਤੇ ਮੋਤੀ ਰਾਮ ਮਹਿਰੇ ਦੀ ਕੁਰਬਾਨੀ ਨਹੀਂ ਭੁੱਲਣੀ ਚਾਹੀਦੀ। ਠੀਕ ਹੈ, ਹੁਣ ਜੋ ਪਿਛਲੇ ਪੁਰਖੇ ਉਹਨਾਂ ਦੇ ਕਰ ਗਏ, 70 ਸਾਲ 'ਚ ਜੋ ਪਹਿਲੇ ਪ੍ਰਧਾਨ ਮੰਤਰੀ ਪਹਿਲੇ ਰਾਸ਼ਟਰਪਤੀ ਕਰ ਗਏ, ਕੀ ਅਸੀਂ ਇਹ ਸੋਚੀਏ ਕਿ ਉਹ ਇਮਰਾਨ ਖਾਨ ਵੀ ਉਹੀ ਕੁਛ ਕਰੇਗਾ? ਕਿਤੇ ਨਾ ਕਿਤੇ ਵੱਖਰੀ ਪਾਰਟੀ ਆ, ਉਹਦਾ ਵੱਖਰੀ ਆਈਡੀਓਲੋਜੀ ਹੈ। ਉੱਥੇ ਆ ਰਹੇ ਨੇ ਮਾਣਾ ਸਾਹਿਬ, ਹੁਣ ਜੋ ਕੁਛ ਕੈਪਟਨ ਅਮਰਿੰਦਰ ਸਿੰਘ ਦਾ ਦਾਦਾ ਕਰਦਾ ਸੀ, ਕੀ ਇਹਦੇ ਪਿਓ ਨੇ ਉਹੀ ਕੁਛ ਕੀਤਾ? ਉਹ ਤਾਂ 365 ਤੋਂ ਵੀ ਵੱਧ ਰਾਣੀਆਂ ਲੈ ਕੇ ਬੈਠਾ ਸੀ ਤੇ ਪਿਓ ਨੇ ਆਉਂਦੇ ਨੇ ਸਾਰੀਆਂ ਤੋੜ ਦਿੱਤੀਆਂ ਸੀ ਕਿ ਭਾਈ ਜੇ ਰਹਿਣਾ ਮਾਂ ਦੀ ਤੌਰ ਤੇ ਤੁਹਾਡਾ ਸਤਿਕਾਰ ਹੋਏਗਾ ਉਹ ਬੈਠੋ। ਲੇਕਿਨ ਇਹ ਸਾਰਾ ਜੋ ਹੁਣ ਮੈਂ ਵਰਡ ਨਹੀਂ ਯੂਜ਼ ਕਰਨੇ ਚਾਹੁੰਦਾ ਵੀ ਇਹ ਸਾਰਾ ਕੁਛ ਬੰਦ ਕਰੋ ਤੇ ਨਹੀਂ ਤਾਂ ਆਪੋ ਆਪਣੇ ਘਰ ਦੇ ਰਸਤੇ ਜਿਹੜੇ ਆ ਉਹ ਪਕੜ ਲਓ, ਇੱਥੋਂ ਤੁਰਦੇ ਬਣੋ। ਕਿਤੇ ਨਾ ਕਿਤੇ ਜਦੋਂ ਨਵੀਂ ਪੀੜ੍ਹੀ ਆਉਂਦੀ ਹੈ ਟਵਾਣਾ ਸਾਹਿਬ, ਉਹਦੇ ਚੇਂਜ ਜਿਹੜੀ ਉਹ ਆਉਂਦੀ ਆ। ਰਹੀ ਗੱਲ ਨਾਰੋਵਾਲ 'ਚ ਚੱਲਣ ਦੀ ਕੈਂਪਾਂ ਦੀ ਗੱਲ, ਕਿਤੇ ਨਾ ਕਿਤੇ ਗੱਲ ਇਹ ਆ, ਤੁਹਾਨੂੰ 5 ਘੰਟੇ ਮਿਲੇ ਆ, 5 ਘੰਟੇ 'ਚ ਤੁਸੀਂ ਇੱਧਰੋਂ ਉੱਧਰਲੇ ਬੰਨੇ ਪਹੁੰਚਣਾ ਅਤੇ ਉਹਦੇ ਵਿੱਚ 5 ਘੰਟੇ 'ਚ ਤੁਹਾਡੀ ਵਾਪਸੀ ਵੀ ਆ ਅਤੇ ਮੱਥਾ ਵੀ ਟੇਕਣਾ। ਉੱਥੇ ਤੁਹਾਨੂੰ ਅੰਦਰ ਕੌਣ ਟ੍ਰੇਨਿੰਗ ਦੇ ਦੂਗਾ? ਕਿਤੇ ਨਾ ਕਿਤੇ ਜਾਣ ਬੁੱਝ ਕੇ ਵਾਵੇਲਾ ਕੀਤਾ ਜਾ ਰਿਹਾ। ਕੁਛ ਨਹੀਂ ਇਹਦੇ 'ਚ, ਸਿਰਫ ਭਾਰਤ ਦਾ ਸਿਆਸਤਦਾਨ, ਪੂਰੇ ਭਾਰਤ ਦੀ ਗੱਲ ਕਰਾਂਗਾ, ਸਿਆਸਤਦਾਨ, ਬਿਊਰੋਕਰੇਸੀ ਅਤੇ ਮੀਡੀਆ ਐਂਟੀ ਸਿੱਖ ਵੋਟ ਨੂੰ ਕੈਸ਼ ਕਰ ਰਹੇ ਨੇ, ਕਪਤਾਨ ਬਿਲਕੁਲ 2020 ਦਾ ਰੋਲ ਆ, ਬਿਲਕੁਲ ਕਰ ਰਹੇ, ਚਾਹੇ ਕੇਂਦਰਾ ਸਾਰੇ ਹੀ ਉਹਨੂੰ ਕਰ ਰਹੇ, ਸਾਰਿਆਂ ਦੇ ਸਾਹਮਣੇ ਅਗਲੀ ਜਿਹੜੀ ਇਹਨਾਂ ਨੇ ਚੋਣ ਆ ਉਹਨੂੰ ਮੁੱਦਾ, ਇਹਨਾਂ ਨੇ ਪੰਜਾਬ ਨੂੰ ਟਾਰਗੇਟ ਕਰਨਾ ਹੀ ਕਰਨਾ ਜੀ। ਹੁਣ ਮੈਂ ਸੁਰਿੰਦਰ ਸਿੰਘ ਜੀ ਦੀ ਗੱਲ ਵਿਚਾਲੇ ਹੈ, ਦੇਖੋ ਉਹਨਾਂ ਨੇ ਨਾਸਾ ਨੇ ਫੋਟੋਆਂ ਜਾਰੀ ਕੀਤੀਆਂ ਹੈਗੀਆਂ ਵੀ ਫਲਾਣੇ ਫਲਾਣੇ ਥਾਂ ਦੇ ਉੱਤੇ ਅੱਗ ਲੱਗੀ ਹੋਈ ਹੈ, ਉਹ ਲੈ ਕੇ ਪੰਜਾਬ ਤੋਂ ਲੈ ਕੇ ਪੰਜਾਬ ਵੀ ਵਿੱਚ ਹੈ, ਉੱਤਰਾਖੰਡ ਵੀ ਵਿੱਚ ਹੈ, ਯੂਪੀ ਵੀ ਵਿੱਚ ਹੈ, ਬਿਹਾਰ ਵੀ ਵਿੱਚ ਹੈ, ਬੰਗਾਲ ਵੀ ਵਿੱਚ ਹੈ, ਆਸਾਮ ਦੀਆਂ 7 ਸਟੇਟਾਂ ਨੇ ਜਿੱਥੇ ਅੱਗ ਲੱਗੀ ਹੋਈ ਹੈ। ਰੀਸੈਂਟ ਮੈਂ ਅੱਜ ਦੀ ਫੋਟੋ ਦੇਖੀ ਹੈ, ਲੇਕਿਨ ਟਾਰਗੇਟ ਓਨਲੀ ਪੰਜਾਬ ਦਾ ਤੂੰ ਆ ਜਾਂਦਾ ਜੀ ਦਿੱਲੀ ਦੇ ਵਿੱਚ, ਬਾਕੀ ਕਿੱਧਰ ਗਏ? ਇਹ ਸਿਰਫ ਅਤੇ ਸਿਰਫ ਪੰਜਾਬ ਨੂੰ ਅਤੇ ਹਰਿਆਣਾ ਨੂੰ ਵੀ ਜਲੀਲ ਕਰਦੇ ਆ, ਲੇਕਿਨ ਪੰਜਾਬ ਸਾਰਿਆਂ ਦਾ ਟਾਰਗੇਟ ਹੈ, ਪੰਜਾਬ ਨੂੰ ਜਲੀਲ ਕਰਨ ਦੇ ਵਿੱਚ ਹਰਿਆਣਾ ਸਭ ਤੋਂ ਮੂਹਰੀ ਹੈ। ਬਾਕੀ ਸਾਰੇ ਜਿੰਨਾ ਕੁ ਝੋਨਾ ਪੰਜਾਬ 'ਚ ਹੁੰਦਾ ਇੰਨਾ ਕੁ ਹਰਿਆਣੇ 'ਚ ਹੁੰਦਾ। ਦਿੱਲੀ ਦੀਆਂ ਰਿਪੋਰਟਾਂ ਆ ਗਈਆਂ ਸਿੱਧੂ ਸਾਹਿਬ, ਜਿਹੜਾ ਦਿੱਲੀ 'ਚ ਧੂੰਆਂ ਹੈ ਉਸ ਪ੍ਰਦੂਸ਼ਣ ਦਾ 60% ਕਾਰਨ ਜਿਹੜੇ ਦਿੱਲੀ ਦਾ ਆਪਣਾ ਧੂੰਆਂ ਹੈ ਜਾਂ ਹੋਰ ਕੈਮੀਕਲਾਂ ਦਾ ਧੂੰਆਂ, 40% ਧੂੰਆਂ ਪਰਾਲੀ ਦਾ ਜੀ, 'ਚ ਹਰਿਆਣੇ ਦੀ ਵੀ ਪਰਾਲੀ ਹੈ, ਦਿੱਲੀ ਦੀ ਵੀ। ਉਹਦਾ ਕਾਰਨ ਟਵਾਣਾ ਸਾਹਿਬ ਮੇਰੇ ਕੋਲ ਅਲੱਗ ਹੈ, ਉਹਦਾ ਕਾਰਨ ਕਿਉਂ ਹੈ? ਹੁਣ ਕੇਜਰੀਵਾਲ ਕਹਿੰਦਾ ਵੀ ਨਵੰਬਰ ਅਕਤੂਬਰ ਇੰਨੇ ਤੱਕ ਦੇਖੋ ਜੀ ਅਸਮਾਨ ਸਾਫ਼ ਸੀ ਦਿੱਲੀ 'ਚ, ਕਿਉਂ ਸੀ ਸਾਫ਼? ਆਕਾਸ਼ ਕਵਰ ਕਰ ਲਿਆ, ਉਹਨਾਂ ਦਾ ਧੂੰਆਂ ਉਹਨਾਂ ਕੋਲੇ ਰਹਿ ਗਿਆ, ਹੁਣ ਪਤਾ ਲੱਗਦਾ ਉਹਨਾਂ ਨੂੰ ਉਹ ਧੂੰਆਂ ਕਿੰਨਾ ਛੱਡਦੇ ਆ, ਪਤਾ ਤਾਂ ਹੁਣ ਹੀ ਲੱਗਦਾ ਹੈ। ਸਾਡਾ ਧੂੰਆਂ ਸਾਡੇ ਆਕਾਸ਼ ਤੇ, ਹਰਿਆਣੇ ਵਾਲਿਆਂ ਦਾ ਹਰਿਆਣੇ ਵਾਲਿਆਂ ਦੇ ਆਕਾਸ਼ ਦੇ ਉੱਤੇ ਹੈਗਾ, ਦਿੱਲੀ ਵਾਲਿਆਂ ਦਿੱਲੀ ਦੇ ਆਕਾਸ਼ ਤੇ। ਇਹ ਜਿਹੜਾ ਮਸਲਾ ਆਪਣੀ ਗੱਲਬਾਤ ਚੱਲ ਰਹੀ ਸੀ ਹੈ, ਜਿਹੜਾ ਹੁਣ ਕੈਪਟਨ ਸਾਹਿਬ ਧੂੰਆਂ ਖੇਡਣ ਲੱਗੇ ਨੇ, ਕਪਤਾਨ ਸਾਹਿਬ ਦੀ ਕੀ ਮਜਬੂਰੀ ਹੈ? ਬੀਜੇਪੀ ਦੀ, ਅਕਾਲੀਆਂ ਦੀ ਤਾਂ ਸਮਝ ਹੈ ਕਿ ਉਹ ਪਾਕਿਸਤਾਨ ਦੇ ਖਿਲਾਫ ਬੋਲਦੇ ਆ, ਕੈਪਟਨ ਸਾਹਿਬ ਦੇ ਵੀ ਲੱਗਦਾ ਕੋਈ ਮਜਬੂਰੀ ਹੈ, ਦਿੱਲੀ ਦੀ ਬੋਲੀ ਬੋਲਣੀ ਪੈ ਰਹੀ ਹੈ। ਮੈਂ ਉਸੇ ਤੇ ਆਉਣ ਲੱਗਾ, ਪਹਿਲੀ ਗੱਲ ਮੈਂ ਕੈਪਟਨ ਸਾਹਿਬ ਦੀ ਕਰਾਂਗਾ। ਕੈਪਟਨ ਸਾਹਿਬ ਭੁੱਲ ਗਏ ਆ ਕਿ 2004 'ਚ ਜਦੋਂ ਪਰਮਜੀਤ ਸਿੰਘ ਸਰਨਾ ਇੱਕ ਨਗਰ ਕੀਰਤਨ ਦਿੱਲੀ ਤੋਂ ਲੈ ਕੇ ਨਨਕਾਣਾ ਸਾਹਿਬ ਗਏ, ਹਾਂ ਪਾਲਕੀ ਲੈ ਕੇ ਗਏ ਸੀਗੇ ਪਹਿਲਾਂ, ਉਸ ਵੇਲੇ ਕੈਪਟਨ ਸਾਹਿਬ ਤੇ ਉਹਦੀ ਪੂਰੀ ਵਜ਼ਾਰਤ ਜਿਹੜੀ ਉਹ ਪਾਕਿਸਤਾਨ 'ਚ ਜਾ ਕੇ ਇੱਕ 5-star ਹੋਟਲ 'ਚ ਬੈਠੀ ਸੀ, ਉੱਥੇ ਠਹਿਰੀ ਸੀ। ਉੱਥੋਂ ਇਹਨਾਂ ਨੂੰ ਜਿਹੜੇ 2 ਹੈਲੀਕਾਪਟਰਾਂ ਦੇ ਵਿੱਚ ਘੁਮਾਇਆ ਗਿਆ, ਦੋਨੋਂ ਹੀ ਪਾਕਿਸਤਾਨ ਆਰਮੀ ਦੇ ਸੀ। ਉਸ ਵੇਲੇ ਤਾਂ ਪਾਕਿਸਤਾਨ ਇਹਨਾਂ ਨੂੰ ਦਿਖਿਆ ਨਹੀਂ, ISI ਨੇ ਦਿਸੀ, ਉਦੋਂ ਨਾ ISI ਦਿਖੀ। ਫਿਰ ਇਹ 2005 ਦੇ ਐਂਡ ਤੇ 6 ਦੇ ਸਟਾਰਟਿੰਗ ਦੇ ਵਿੱਚ ਜਦੋਂ ਪਰਵੇਜ਼ ਅਲਾਹੀ ਪਾਕਿਸਤਾਨ ਦੇ ਪੰਜਾਬ ਦਾ CM ਸੀ, ਉਹਨਾਂ ਦੇ ਸੱਦੇ ਤੇ ਗਏ ਆ। ਔਰ ਉਸ ਵੇਲੇ ਕੀ ਕੀਤਾ ਦੇਖੋ, ਹੁਣ ਇਹਨਾਂ ਨੂੰ ਕਰਤਾਰਪੁਰ ਕੋਰੀਡੋਰ ਜਿਹੜਾ, ਇਹਦੇ ਰਾਹੀਂ ਕਹਿੰਦੇ ਆ ਟੈਰੋਰਿਜ਼ਮ ਫੈਲੇਗਾ, 2020 ਦਾ ਖਤਰਾ। ਉਸ ਵੇਲੇ ਨਾ ਨਨਕਾਣਾ ਸਾਹਿਬ ਤੋਂ ਬਾਰਡਰ ਤੱਕ ਜਿਹੜੀ ਸੜਕ ਬਣੀ ਆ ਉਹਦਾ ਨੀਂਹ ਪੱਥਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਦਾ ਨੀਂਹ ਪੱਥਰ ਰੱਖਿਆ ਹੋਇਆ, ਠੀਕ ਆ। ਇਹ ਕਹਿੰਦੇ ਸੀ ਇਹਦੇ ਨਾਲ ਵਪਾਰ ਵਧੇਗਾ, 2005 ਜਾਂ 6 ਦੇ ਵਿੱਚ ਜਿਹੜਾ ਤੁਸੀਂ ਨੀਂਹ ਪੱਥਰ ਰੱਖ ਕੇ ਆਉਂਦੇ ਹੋ ਉਦੋਂ ਤੋਂ ਉਹਦੇ ਨਾਲ ਵਪਾਰ ਵਧੇਗਾ। ਲੇਕਿਨ ਜਿਹੜਾ ਅੱਜ ਕਰਤਾਰਪੁਰ ਕੋਰੀਡੋਰ ਖੋਲਿਆ ਉਹਦੇ ਨਾਲ ਕਹਿੰਦੇ ਆ ਜੀ ਇਹਨਾਂ ਦੀ ਨੀਅਤ ਅੱਤਵਾਦ ਵਧੇਗਾ, ਇਹਦੇ ਨਾਲ ਅੱਤਵਾਦ ਵਧੇਗਾ। ਕਿਤੇ ਨਾ ਕਿਤੇ ਉਹੀ ਗੱਲ ਆ ਕਿ ਪੂਰਾ ਭਾਰਤੀ ਮੀਡੀਆ ਜੋ ਕੁਛ ਉਹਨਾਂ ਨੇ ਖਿੱਲੀ ਉਡਾਈ ਪਈ ਆ ਇਸ ਪੂਰੇ ਦੇ ਪੂਰੇ ਮੀਡੀਆ ਨੇ, ਉਹਦੇ 'ਚ ਬਿਊਰੋਕਰੇਸੀ ਵੀ ਸ਼ਾਮਿਲ ਆ, ਇੰਡੀਆ ਦਾ ਪੂਰਾ ਪੋਲੀਟੀਸ਼ੀਅਨ ਵੀ ਸ਼ਾਮਿਲ ਆ, ਜਾਣ ਬੁੱਝ ਕੇ ਵਾਵੇਲਾ ਕਰਦੇ। ਰਹੀ ਗੱਲ ਆਖਰੀ ਜਿਹੜੀ ਆ ਉਹ ਕਿ ਪਾਕਿਸਤਾਨ ਨੂੰ ਇਹ ਤੋਂ ਫਾਇਦਾ ਹੋਏਗਾ, ਦੇਖੋ ਐਕਚੁਅਲੀ ਪਾਕਿਸਤਾਨ ਨੂੰ ਫਾਇਦਾ ਹੋਏਗਾ। ਉਹਦੀਆਂ 2-3 ਉਦਾਹਰਣਾਂ ਦੇ ਦਿੰਦਾ ਸਾਹਿਬ, ਕੀ ਆ ਇੱਕ ਨਗਰ ਕੀਰਤਨ ਨਨਕਾਣਾ ਸਾਹਿਬ ਤੋਂ ਸੁਲਤਾਨਪੁਰ ਲੋਧੀ ਤੱਕ ਜਿਹੜਾ ਕੱਲ੍ਹ ਰਾਤ ਸਮਾਪਤ ਹੋ ਗਿਆ, ਹਾਂਜੀ, ਉਹਦੇ 'ਚ
ਇੱਕ ਦਿਨ ਦੀ 38 ਲੱਖ ਤੋਂ ਉੱਪਰ ਦਾ ਚੜਾਵਾ ਉਹਦੇ 97 ਦਿਨ ਚੱਲਿਆ ਮੇਰੇ ਖਿਆਲ ਉਹ ਨਾ ਆ ਜਿੰਨੇ ਦਿਨ ਵੀ ਚੱਲਿਆ 38 ਲੱਖ ਦੀ ਐਵਰੇਜ ਇੱਕ ਦਿਨ ਦੀ ਆਈ ਹੈ ਇੱਕ ਘੰਟੇ ਬਾਅਦ ਉੱਤੇ ਬੋਰੀ ਨੋਟਾਂ ਦੀ ਭਰਦੀ ਸੀ ਇਹੀ ਕੁਛ ਜਿਹੜਾ ਨਨਕਾਣਾ ਸਾਹਿਬ ਗਿਆ ਦਿੱਲੀ ਤੋਂ ਗੁਰਦੁਆਰਾ ਨਾਨਕ ਪਿਓ ਤੋਂ ਇਹੀ ਕੁਛ ਉਹਦਾ ਸੀਗਾ ਹੁਣ ਅਸੀਂ ਮਤਲਬ ਕਪੂਰਥਲੇ ਤੋਂ ਸੁਲਤਾਨਪੁਰ ਲੋਧੀ ਤੱਕ 28 ਕਿਲੋਮੀਟਰ ਸਫ਼ਰ 14 ਘੰਟੇ 'ਚ ਸਮਾਪਤ ਹੋਇਆ ਤੁਸੀਂ ਵੇਖੋ ਇੰਨਾ ਸਲੋਅ ਸੀ ਇੰਨਾ ਘੱਟ ਮੈਂ ਉਹੀ ਦੱਸ ਰਿਹਾ ਇਹ ਦੋਨਾਂ ਨਗਰ ਕੀਰਤਨਾਂ 'ਤੇ ਇਹੀ ਕੁਛ ਸੀਗਾ ਪੰਜਾਬ ਸਰਕਾਰ ਵੀ ਇੱਕ ਸਜਾਉਣਾ ਚਾਹੁੰਦੀ ਸੀ ਨਗਰ ਕੀਰਤਨ ਜੀ ਦੀ ਪਰਮਿਸ਼ਨ ਉਹਨਾਂ ਨੇ ਨਹੀਂ ਦਿੱਤੀ ਕਿਤੇ ਨਾ ਕਿਤੇ ਜਿਹੜਾ ਨਨਕਾਣਾ ਸਾਹਿਬ ਤੋਂ ਪਹਿਲਾਂ ਨਗਰ ਕੀਰਤਨ ਸਜਾਇਆ ਗਿਆ ਉਹ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਬਦੌਲਤ ਨਹੀਂ ਤਾਂ ਉਹਨਾਂ ਮਨਾ ਕਰ ਦਿੱਤਾ ਸੀ ਕਿ ਜੋ ਤੁਸੀਂ ਸਾਡੇ ਵਿਰੁੱਧ ਭੰਡੀ ਪ੍ਰਚਾਰ ਕਰਦੇ ਹੋ ਇਸੇ ਕਰਕੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜਾਬ ਸਰਕਾਰ ਤਿੰਨਾਂ ਨੂੰ ਉਹਨਾਂ ਨੇ ਮਨਾ ਕਰ ਦਿੱਤਾ ਕੇਵਲ ਤੇ ਕੇਵਲ ਪਰਮਜੀਤ ਸਿੰਘ ਸਰਦਾ ਨੂੰ ਯਾਦ ਦਿੱਤੀ ਰਹੀ ਗੱਲ 1400 ਜਿਹੜਾ $20 ਦੀ ਫੀਸ ਆ ਉਹਨੂੰ ਅਸੀਂ 1400 ਮਿਤ ਰਹੇ ਹਾਂ ਉਹਦੇ ਨਾਲ ਹੀ ਅਸੀਂ 200 ਰੁਪਇਆ ਜਿਹੜੀ ਆ ਐਪਲੀਕੇਸ਼ਨ ਫੀਸ ਫਾਰਮ ਦੀ ਗਿਣ ਰਹੇ 1600 ਅਸੀਂ ਉਹ 1600 ਨੂੰ ਗਿਣੀ ਹੈ ਗੁਰੂ ਨਾਨਕ ਨਾਮ ਲੇਵਾ ਜਿਹੜੀ ਸੰਗਤ ਜਾਏਗੀ ਉਹ ਉੱਥੇ ਕਰੋੜਾਂ ਦੇ ਵਿੱਚ ਚੜਾਵਾ ਜਿਹੜਾ ਉਹ ਚੜਾਏਗੀ ਇਕੱਲੀ ਇੰਡੀਆ ਦੀ ਨਹੀਂ ਪੂਰੇ ਵਰਲਡ ਦੀ ਜਿਹੜੀ ਜਾਣੀ ਕੈਨੇਡਾ ਤੋਂ ਸਪੈਸ਼ਲ ਆ ਰਹੀ ਹੈ ਅਮਰੀਕਾ ਕੈਨੇਡਾ ਤੋਂ ਆ ਰਹੇ ਤੁਸੀਂ ਦੇਖੋ ਵੀ ਜੋ ਉੱਥੇ ਜਿੰਨਾ ਕੁਛ ਉਹ ਤਿਆਰ ਹੋਇਆ ਕਰਤਾਰਪੁਰ ਜਿਹੜਾ 100 ਕੁਛ ਏਕੜ ਦੇ ਵਿੱਚ ਉਹਨਾਂ ਬਾਉਂਡਰੀ ਵਾਲ ਕਰ ਦਿੱਤੀ ਆ ਬਾਕੀ ਜਿੰਨੀ ਉਸ ਵੇਲੇ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਉਹ ਜਿਹੜੀ ਜ਼ਮੀਨ ਦਾਨ ਕੀਤੀ ਹੋਈ ਇਸ ਗੁਰਦੁਆਰਾ ਸਾਹਿਬ ਨੂੰ ਉਹਨਾਂ ਨੇ ਸਾਰੀ ਦੀ ਸਾਰੀ ਲੋਕਾਂ ਦੇ ਕਬਜ਼ੇ 'ਚ ਛੁਡਾ ਦਿੱਤੀ ਹੈ ਉਹਨਾਂ ਕਿਹਾ ਇਹਦੇ 'ਤੇ ਖੇਤੀ ਹੋਏਗੀ ਔਰਗੈਨਿਕ ਖੇਤੀ ਹੋਏਗੀ ਅਤੇ ਉਹ ਲੰਗਰ ਦੇ ਲਈ ਸਾਰੀ ਦੀ ਸਾਰੀ ਜੀ ਆਪਾਂ ਇਸੇ ਵਿਸ਼ੇ 'ਤੇ ਗੱਲ ਕਰਾਂਗੇ ਸਿੱਧੂ ਸਾਹਿਬ ਇੱਕ ਵਕਫਾ ਲੈਣਾ ਵਕਫੇ ਤੋਂ ਬਾਅਦ ਸਤਿਕਾਰ ਸਰੋਤਿਆਂ ਦਾ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਵਿੱਚ ਫਿਰ ਸਵਾਗਤ ਰਹੇਗਾ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਸਤਿਕਾਰਕ ਦਰਸ਼ਕਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ ਨਾਲ ਨਾਲ ਰਾਜਨੀਤਿਕ ਮਾਮਲਿਆਂ ਦੇ ਬਾਅਦ ਸਵਾ ਸੁਰਿੰਦਰ ਸਿੰਹ ਜੀ ਆਪ ਵੀ ਸਵਾਗਤ ਅਤੇ ਖੋਜੀ ਲੇਖਕ ਸਾਬਕਾ ਇਲੈਕਸ਼ਨ ਤਹਿਸੀਲਦਾਰ ਸਾਹ ਨਾਮਦੇਵ ਸਿੰਘ ਸਿੱਧੂ ਸਾਹਿਬ ਤੁਹਾਡਾ ਵੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਅਤੇ ਆਪਣੀ ਗੱਲਬਾਤ ਚੱਲ ਰਹੀ ਸੀ ਵਕਫੇ 'ਤੇ ਜਾਣ ਤੋਂ ਪਹਿਲਾਂ ਸੁਰਿੰਦਰ ਸਿੰਘ ਜੀ ਕਿ ਇਹਦਾ ਨਫ਼ਾ ਅਤੇ ਨੁਕਸਾਨ ਇਹਦਾ ਚੜਾਵੇ ਨੂੰ ਲੈ ਕੇ ਜੋ ਕੁਛ ਸ਼ੰਕੇ ਨੇ ਜਾਂ ਇਹਦੇ ਇਹਦਾ ਆਊਟਪੁੱਟ ਕੀ ਨਿਕਲੇਗਾ ਜਿਵੇਂ ਸਿੱਧੂ ਸਾਹਿਬ ਨੇ ਗੱਲ ਬਹੁਤ ਵਧੀਆ ਆਖੀ ਸੀ ਕਿ ਜਿਹੜਾ ਭਾਰਤ ਅਤੇ ਪਾਕਿਸਤਾਨ ਦਾ ਆਵਾਮ ਆਪਸ 'ਚ ਮਿਲੇਗਾ ਐਡੀ ਵੱਡੀ ਤਾਦਾਦ 'ਚ ਰੋਜ਼ਾਨਾ ਸ਼ਰਧਾਲੂ ਜਾਇਆ ਕਰਨਗੇ ਅਤੇ ਲੋਕਾਂ 'ਚ ਨਫ਼ਰਤ ਆ ਜਿਹੜੀ ਵਧੇਗੀ ਜਾਂ ਘਟੇਗੀ ਕਿਉਂਕਿ ਇਸ ਖਿੱਤੇ 'ਚ ਤਿੰਨ ਤੇਰੀ ਸਿਆਸਤ ਹਿੰਦੂ ਸਿੱਖ ਅਤੇ ਮੁਸਲਮਾਨ ਚੱਲਦੀ ਹੈ 47 ਵੇਲੇ ਸਿੱਖ ਅਤੇ ਹਿੰਦੂ ਇਕੱਠੇ ਹੋ ਗਏ ਇੱਧਰ ਮੁਲਕ ਭਾਰਤ ਬਣ ਗਿਆ ਅਤੇ ਉੱਧਰ ਮੁਸਲਮਾਨ ਅਲੱਗ ਹੋ ਗਏ ਪਰ ਉਸ ਤੋਂ ਬਾਅਦ ਹਾਲਾਤ ਇੱਦਾਂ ਦੇ ਬਣੇ ਸਿੱਖਾਂ ਨੂੰ ਕਿਤੇ ਨਾ ਕਿਤੇ ਲੱਗਿਆ ਕਿ ਹਿੰਦੂ ਸਾਡੇ ਨਾਲ ਬਹੁਗਿਣਤੀ ਹੋਣ ਕਰਕੇ ਅਸੀਂ ਘੱਟ ਗਿਣਤੀ ਹਾਂ ਜਾਤੀ ਕਰਦਾ RSS ਦਾ ਫੰਡਾ ਹੋਰ ਬੜਾ ਕੁਛ ਅਤੇ ਹੁਣ ਸਿੱਖਾਂ ਦੇ ਸੈਂਟੀਮੈਂਟਸ ਨੇ ਜਿਹੜੀਆਂ ਭਾਵਨਾਵਾਂ ਨੇ ਉਹ ਮੁਸਲਮਾਨਾਂ ਪ੍ਰਤੀ ਜ਼ਿਆਦਾ ਜੁੜ ਰਹੀਆਂ ਨੇ ਜੋ ਇਹ ਕਰਤਾਰਪੁਰ ਨੂੰ ਲੈ ਕੇ ਅੜਿੱਕੇ ਡਾਏ ਜਾ ਰਹੇ ਨੇ ਸੁਬਰਾਮਨੀਅਮ ਸਵਾਮੀ ਜਿਹੜਾ ਕਦੇ ਸਾਂ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸਹੀ ਵੀ ਠਹਿਰਾਉਂਦਾ ਹੁਣ ਕਹਿੰਦਾ ਕਰਤਾਰਪੁਰ ਕੋਰੀਡੋਰ ਬੰਦ ਕਰ ਦਿਓ ਇਹਦਾ ਕੋਈ ਫਾਇਦਾ ਨਹੀਂ ਉਹ ਕੱਟੜ ਹਿੰਦੂਤਵ ਜਿਹੜਾ ਬੋਲ ਰਿਹਾ ਉਹ ਸਿੱਖਾਂ ਨੂੰ ਮਾਫਕ ਨਹੀਂ ਆ ਰਿਹਾ ਰਾਸ ਨਹੀਂ ਆ ਰਿਹਾ ਉਹਦਾ ਮੁਖਾਲਫਤ ਸਿੱਖ ਉਹ ਕਰਨ ਲੱਗੇ ਨੇ ਪਾਕਿਸਤਾਨ ਦੀ ਇਹ ਗੋਟੀ ਵੀ ਲੱਗਦੀ ਹੈ ਕਿਤੇ ਨਾ ਕਿਤੇ ਮੈਂ ਇਹਨਾਂ ਸਾਰੀਆਂ ਗੱਲਾਂ ਨਾਲ ਸਹਿਮਤ ਟਵਾਣਾ ਸਾਹਿਬ ਜਿੱਥੋਂ ਤੱਕ ਕੋਰੀਡੋਰ ਖੋਲ੍ਹਣ ਦਾ ਸਵਾਲ ਸੀ ਉਹ ਕੇਵਲ ਅਤੇ ਕੇਵਲ ਪਾਕਿਸਤਾਨ ਦੀ ਪਹਿਲ ਹੋਈ ਆ ਭਾਰਤ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਇਹਦੇ 'ਤੇ ਕੋਈ ਪਹਿਲ ਨਹੀਂ ਕੀਤੀ ਗਈ ਜਦੋਂ ਇਹਨਾਂ ਨੂੰ ਸਿਰ ਤੋਂ ਪਾਣੀ ਲੰਘਦਾ ਦੇਖ ਗਿਆ ਉਸ ਵੇਲੇ ਜਾ ਕੇ ਇਹਨਾਂ ਨੇ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਨੇ 29 ਤਰੀਕ ਨੂੰ ਉੱਧਰ ਜਿਹੜਾ ਉਹ ਨੀਂਹ ਪੱਥਰ ਰੱਖਣ ਜਾ ਰਹੇ ਇਹਨਾਂ ਨੇ ਜਲਦੀ ਜਲਦੀ ਦੇ ਵਿੱਚ 26 ਤਰੀਕ ਨੂੰ ਜਿਹੜਾ ਇੱਧਰੋਂ ਨੀਂਹ ਪੱਥਰ ਰੱਖਣਾ ਜਿਹੜਾ ਸੀਗਾ ਉਹਦੀ ਡੇਟ ਅਨਾਊਂਸ ਕਰ ਦਿੱਤੀ ਕੇਵਲ ਅਤੇ ਉਹਦੇ 'ਚ 48 ਘੰਟੇ ਜਿਹੜੇ ਉਹ ਦਿੱਤੇ ਗਏ 24 ਤਰੀਕ ਨੂੰ ਕਹਿ ਦਿੱਤਾ ਗਿਆ ਕਿ 26 ਨੂੰ ਅਸੀਂ ਉੱਥੇ ਨੀਂਹ ਪੱਥਰ ਜਿਹੜਾ ਉਹ ਰੱਖਾਂਗੇ ਕਿਤੇ ਨਾ ਕਿਤੇ ਜਲਦਬਾਜ਼ੀ 'ਚ ਇਹਨਾਂ ਨੂੰ ਫਿਰ ਫੈਸਲਾ ਜਿਹੜਾ ਉਹ ਲੈਣਾ ਪੈ ਗਿਆ ਉਦਣ ਤੋਂ ਲੈ ਕੇ ਅੱਜ ਤੱਕ 1 ਸਾਲ ਤੋਂ ਉੱਪਰ ਹੋ ਗਿਆ ਇਹਨਾਂ ਨੇ ਹਰ ਵਾਰ ਜਿਹੜਾ ਉਹਦੇ 'ਚ ਅੜਿੱਕੇ ਅਡਾਉਣ ਤੋਂ ਇਲਾਵਾ ਕੋਈ ਘਾਟ ਨਹੀਂ ਛੱਡੀ ਚਾਹੇ ਉਹ ਭਾਰਤ ਦੇ 'ਚ ਚੋਣ ਦਾ ਸਮਾਂ ਸੀ ਚਾਹੇ ਚੋਣ ਤੋਂ ਬਾਅਦ ਦਾ ਸੀ ਚਾਹੇ ਪਹਿਲਾਂ ਦਾ ਸੀ ਹਮੇਸ਼ਾ ਇਹਨਾਂ ਨੇ ਇੱਕੋ ਸੀ ਕਿ ਇਹ ਰਸਤਾ ਜਿਹੜਾ ਇਹ ਨਹੀਂ ਖੁੱਲ੍ਹਣਾ ਚਾਹੀਦਾ ਪਰ ਪਾਕਿਸਤਾਨ ਜਿਹੜਾ ਉਹਦੇ ਜਿੱਥੋਂ ਤੱਕ ਉਹਨਾਂ ਦਾ ਸੀ ਸਿੱਖਾਂ ਦੇ ਨੇੜੇ ਆਉਂਦਾ ਇਹਦੇ 'ਚ ਕੋਈ ਦੋ ਰਹਿਆ ਨਹੀਂ ਕਿ ਸਿੱਖ ਉਹਨਾਂ ਦੇ ਨੇੜੇ ਜਾ ਰਿਹਾ ਭਾਵੇਂ ਵਰਲਡ ਲੈਵਲ ਤੋਂ ਜਾ ਰਿਹਾ ਅਤੇ ਚਾਹੇ ਉਹ ਇੰਡੀਆ ਤੋਂ ਜਾ ਰਿਹਾ ਸਿੱਖਾਂ ਦੀ ਉਹਨਾਂ ਦੇ ਨਾਲ ਨੇੜਤਾ ਜਿਹੜੀ ਵੱਧ ਰਹੀ ਆ ਜਿੱਥੋਂ ਤੱਕ ਦੋਨਾਂ ਦੇਸ਼ਾਂ ਦੇ ਆਵਾਮ ਦਾ ਸਵਾਲ ਆ ਉਹਦੇ 'ਚ ਚਾਹੇ ਹਿੰਦੂ ਵੀ ਨੇ ਚਾਹੇ ਸਿੱਖ ਨੇ ਅਤੇ ਚਾਹੇ ਮੁਸਲਿਮ ਨੇ ਉਹ ਸਾਰੇ ਚਾਹੁੰਦੇ ਆ ਕਿ ਇਹ ਸਰਹੱਦਾਂ ਜਿਹੜੀਆਂ ਮਿਟ ਜਾਣ ਅਤੇ ਘੱਟੋ ਘੱਟ ਅਸੀਂ ਜਿਹੜਾ ਆਪਸ 'ਚ ਫਿਰ ਪਹਿਲਾਂ ਦੀ ਤਰ੍ਹਾਂ ਜਿਹੜਾ ਕਪਤਾਨ ਸਾਹਿਬ ਨੇ ਦੋਸ਼ ਲਾਏ ਨੇ ਕਿ 2020 ਨੂੰ ਲੈ ਕੇ ਸਾਰਾ ਕੁਛ ਉਭਾਰਿਆ ਜ਼ਮੀਨੀ ਹਕੀਕਤਾਂ ਕੀ ਨੇ ਕਿ ਉਹ ਜਿਹੜਾ 84 ਵਾਲਾ ਦੌਰ
ਖਾੜਕੂਵਾਦ ਵਾਲਾ ਦੌਰ ਕਿਤੇ ਸੰਭਾਵਨਾਵਾਂ ਹੈਗੀ ਹੈ ਪੰਜਾਬ ਤੇ ਖਾਲੀ ਹੋਈ ਜਾ ਰਿਹਾ ਟਮਾਣਾ ਸਾਹਿਬ ਜਿੱਥੋਂ ਤੱਕ ਦੌਰ ਦੀ ਗੱਲ ਆ ਦੌਰ ਇੱਕ ਵਾਰ ਆਉਂਦਾ ਦੂਸਰੀ ਵਾਰ ਨਹੀਂ ਆਉਂਦਾ ਉਸ ਵੇਲੇ ਅਕਾਲੀ ਦਲ ਦੀ ਪੂਰੀ ਮੈਂ ਸਿੱਖ ਲੀਡਰਸ਼ਿਪ ਦੀ ਗੱਲ ਕਰਾਂਗਾ ਸਿੱਖ ਲੀਡਰਸ਼ਿਪ ਚਾਹੇ ਉਹ ਕਾਂਗਰਸ 'ਚ ਬੈਠੀ ਚਾਹੇ ਅਕਾਲੀ ਦਲ 'ਚ ਬੈਠੀ ਜਾਂ ਹੋਰ ਜਥੇਬੰਦੀਆਂ 'ਚ ਬੈਠੀ ਸੀ ਉਹਨਾਂ ਸਾਰਿਆਂ ਦਾ ਹੀ ਕਿਤੇ ਨਾ ਕਿਤੇ ਬਹੁਤ ਵੱਡਾ ਕਸੂਰ ਸੀ ਉਸ ਕਸੂਰ ਦਾ ਕਰਕੇ ਜਿਹੜਾ 1947 ਜਾਂ ਉਸ ਤੋਂ ਪਹਿਲਾਂ ਦੀਆਂ ਗਲਤੀਆਂ ਸੀ ਉਹਨਾਂ ਗਲਤੀਆਂ ਕਰਕੇ ਉਹ ਸਾਰਾ ਕੁਛ ਵਾਪਰਿਆ ਅਤੇ ਉਸ ਤੋਂ 84 ਤੋਂ ਬਾਅਦ ਵੀ 1994 ਤੱਕ 10 ਸਾਲ ਜਿਹੜਾ ਉਹ ਮਲੀਆ ਮੇਟ ਕੀਤਾ ਗਿਆ ਨੌਜਵਾਨੀ ਦਾ ਉਹ ਸਾਰਾ ਕੁਛ ਉਹਦੀ ਦੇਣ ਸੀ ਅੱਜ ਦੀ ਹਾਲਾਤ ਜਿਹੜੀ ਆ ਜੂ ਤਾਂ ਤੁਹਾਡਾ ਬੱਚਿਆਂ ਨਹੀਂ ਜੂ ਤਾਂ ਤੁਹਾਡਾ ਜਿਹੜਾ ਉਹ ਵਿਦੇਸ਼ਾਂ ਨੂੰ ਭੱਜ ਗਿਆ ਯੂਰਪ ਕੰਟਰੀਆਂ ਨੂੰ ਭੱਜ ਚੁੱਕਿਆ ਹੋਇਆ ਸਿਰਫ ਇੱਥੋਂ ਦੇ ਸਿਆਸਤਦਾਨਾਂ ਤੋਂ ਅਤੇ ਇੱਥੋਂ ਦੀ ਬਿਊਰੋਕਰੇਸੀ ਤੋਂ ਤੰਗ ਆ ਕੇ ਇੱਥੋਂ ਦੇ ਸਿਸਟਮ ਤੋਂ ਤੰਗ ਆ ਕੇ ਉਹ ਨਿਕਲ ਚੁੱਕਿਆ ਅਤੇ ਕਿਹਨੇ 2020 ਦਾ ਸਮਰਥਨ ਕਰਨਾ ਠੀਕ ਆ ਵਿਦੇਸ਼ ਦੀ ਧਰਤੀ ਉਸ 2020 ਦੇ ਨਾਂ 'ਤੇ ਜਿਹੜੀ ਐਂਟੀ ਸਿੱਖ ਵੋਟ ਹੈ ਉਹ ਬਟੋਰੀ ਜਾ ਰਹੀ ਹੈ ਕਾਂਗਰਸ ਵੱਲੋਂ ਵੀ ਭਾਜਪਾ ਵੱਲੋਂ ਵੀ ਗੱਲ ਇੱਥੇ ਜਿਹੜੇ ਪੋਲੀਟੀਸ਼ੀਅਨ ਆ ਉਹ ਚਾਹੁੰਦੇ ਆ ਕਿ ਇਹ ਜਿਹੜਾ ਮੁੱਦਾ ਇਹਨੂੰ ਖੜਾ ਕੀਤਾ ਜਾਵੇ ਅਤੇ ਇੱਥੇ ਮੁਸਲਿਮ ਅਤੇ ਜਿਹੜਾ ਸਿੱਖਾਂ ਦੀ ਨੇੜੇ ਹੋਣ ਦੀ ਜਿਹੜੀ ਗੱਲ ਚੱਲ ਰਹੀ ਆ ਉਹਦੇ 'ਚ ਕਿਸੇ ਤਰ੍ਹਾਂ ਪਾੜਾ ਪਾਇਆ ਜਾਵੇ ਉਹਦਾ ਵਖਰੀਵਾ ਜਿਹੜਾ ਉਹ ਖੜਾ ਕੀਤਾ ਜਾਵੇ ਅਤੇ ਦੂਸਰਾ ਤਬਕਾ ਜਿਹੜਾ ਉਹਨੂੰ ਸਾਰੇ ਨੂੰ ਆਪਣੇ ਨਾਲ ਜਿਹੜਾ ਜੋੜ ਲਿਆ ਜਾਵੇ ਉਹ 'ਚ ਅਕਾਲੀ ਦਲ ਵੀ ਸ਼ਾਮਿਲ ਆ ਉਹ 'ਚ ਕਾਂਗਰਸ ਵੀ ਸ਼ਾਮਿਲ ਆ ਅਤੇ ਉਹਦੇ 'ਚ ਕੇਂਦਰ 'ਚ ਬੈਠੀ ਭਾਰਤੀ ਜਨਤਾ ਜੀ ਸਿੱਧੂ ਸਾਹਿਬ ਜਿਸ ਤਰ੍ਹਾਂ ਸਿਆਸੀ ਮੈਦਾਨ ਦੀ ਜਾਂ ਸਥਿਤੀ ਹੈ ਜਿਹੜੀ ਪੰਜਾਬ ਦੇ ਵੋਟਰ ਦੀ ਉਹ ਡਾਵਾਂਡੋਲ ਹੈ ਕੈਪਟਨ ਤੋਂ ਵੀ ਖੁਸ਼ ਨਹੀਂ ਅਕਾਲੀਆਂ ਤੋਂ ਵੀ ਖੁਸ਼ ਨਹੀਂ ਆਮ ਆਦਮੀ ਪਾਰਟੀ ਤੋਂ ਵੀ ਖੁਸ਼ ਨਹੀਂ ਇਸ ਦੌਰਾਨ ਆਮ ਆਦਮੀ ਪਾਰਟੀ ਨੇ ਵੀ ਸਟੇਜ ਲਾਉਣ ਦੀ ਗੱਲ ਕਰੀ ਉਹ ਵੀ ਫੇਲਫੁੱਲ ਹੋ ਗਈ ਅਤੇ ਨਵਜੋਤ ਸਿੰਘ ਸਿੱਧੂ ਦਾ ਕੱਦ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ 'ਚ ਉਭਰ ਰਿਹਾ ਇਸ ਕਰਤਾਰਪੁਰ ਕੋਰੀਡੋਰ ਕਰਕੇ ਹਾਲਾਂਕਿ ਪਹਿਲਾਂ ਕਈ ਲੋਕ ਕਹਿੰਦੇ ਸੀ ਉਹ ਤਿਲਕ ਲਾਉਂਦਾ ਜੀ ਸ਼ਿਵਲਿੰਗ ਪੂਜਦਾ ਸਿੱਖਾਂ ਨੇ ਸਭ ਮਾਫ਼ ਕਰ ਦਿੱਤਾ ਉਹਨੇ ਕਹਿ ਵੀ ਦਿੱਤਾ ਕਿ ਮੇਰੀ ਮਾਂ ਹਿੰਦੂ ਹੈ ਪਿਓ ਸਿੱਖ ਹੈ ਮੈਂ ਚੀਜ਼ਾਂ ਤਾਂ ਕਰਦਾ ਅੱਜ ਪੰਜਾਬ ਦਾ ਬਹੁਤਾ ਵੋਟਰ ਜਿਹੜੀ ਵੇਵ ਕਦੇ ਖਹਿਰੇ ਨੂੰ ਸੀ ਪੀਪੀ ਨੂੰ ਸੀ ਆਮ ਆਦਮੀ ਪਾਰਟੀ ਨੂੰ ਸੀ ਉਹ ਸਿੱਧੂ ਨਾਲ ਆ ਜੋ ਆਪਾਂ ਸੋਸ਼ਲ ਸਾਈਟਸ 'ਤੇ ਜਾਂ ਲੋਕਾਂ 'ਚ ਵੇਖਦੇ ਹਾਂ ਸਿੱਧੂ ਹੋਈ ਪਈ ਹੈ ਹੁਣ ਇਸ ਦੌਰਾਨ ਤੁਹਾਨੂੰ ਕੀ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਹੈਗਾ ਟਵਿਸਟ ਕਰ ਸਕਦਾ ਬੀਜੇਪੀ ਵੱਲ ਮੁੜ ਜਾ ਸਕਦਾ ਤਾਂ ਜਿਹੜੀ ਪਿੱਛੇ ਉਹਦੇ ਵੋਟ ਬੈਂਕ ਹੈ ਉਹ ਫਿਰ ਬੀਜੇਪੀ ਵੱਲ ਰਿਵਰਟ ਹੋ ਸਕਦਾ ਨਹੀਂ ਜੀ ਉਹ ਕਿਸੇ ਵੀ ਪਾਰਟੀ 'ਚ ਨਹੀਂ ਜਾਵੇ ਚਾਹੇ ਕਾਂਗਰਸ 'ਚ ਦੁਬਾਰਾ ਉੱਭਰ ਕੇ ਆਵੇ ਚਾਹੇ ਬੀਜੇਪੀ ਦੇ ਵਿੱਚ ਜਾਵੇ ਇਹ ਉਹਦੀ ਸਿਆਸੀ ਦੇ ਨਾਲ ਨਾਲ ਲੋਕਾਂ ਦੇ ਵਿੱਚ ਵੀ ਉਹਦੀ ਮੌਤ ਹੋਊਗੀ ਇਸ ਤਰ੍ਹਾਂ ਨਾਲ ਜਿਹੜਾ ਉਹਦਾ ਆਪਦਾ ਬੁੱਤ ਕੰਧ ਇਸ ਵੇਲੇ ਬਣਿਆ ਹੋਇਆ ਹੈ ਮਤਲਬ ਜੇ ਕਾਂਗਰਸ 'ਚ ਹੀ ਰਹਿੰਦਾ ਤਾਂ ਲੋਕ ਉਹਦੇ ਪਿੱਛੇ ਰਹਿਣਗੇ ਤਾਂ ਜਿਵੇਂ ਜਿਹੜੀ ਹੈ ਸਥਿਤੀ ਚੁੱਪ ਚਾਪ ਰਹਿੰਦਾ ਇਹ ਇਸ ਤਰੀਕੇ ਦੇ ਨਾਲ ਸਿਰਫ ਅਤੇ ਸਿਰਫ ਪੋਜ਼ਿਟਿਵ ਆਈਡੀਆ ਜਿਵੇਂ ਇਹ ਕਰਤਾਰਪੁਰ ਲਾਂਘੇ ਵਾਲਾ ਹੈ ਪੋਜ਼ਿਟਿਵ ਆਈਡੀਆਜ਼ ਨੂੰ ਲੈ ਕੇ ਚੱਲਦਾ ਕਿਸੇ ਦੀ ਲੈਗ ਪੋਲਿੰਗ ਵੱਲ ਧਿਆਨ ਹੀ ਨਹੀਂ ਦਿੰਦਾ ਸਿਰਫ ਆਪਦਾ ਦੱਸਦਾ ਉਹ ਵੀ ਦੇਖੋ ਮੈਨੂੰ ਬੀਜੇਪੀ ਵਾਲੇ ਵੀ ਸਟਾਰ ਮੰਨਦੇ ਸੀ ਕਾਂਗਰਸ ਵਾਲੇ ਵੀ ਸਟਾਰ ਮੰਨਦੇ ਸੀ ਪਰ ਜਾਣ ਮੈਨੂੰ ਕੋਈ ਨਹੀਂ ਦਿੰਦਾ ਉੱਥੇ ਦੋਨੇ ਰੋਕ ਰਹੇ ਆ ਮੈਨੂੰ ਜਿਹੜੇ ਅੱਜ ਉਹਦੇ ਸਪੋਰਟਰ ਨੇ ਉਹਦਾ ਵੋਟ ਬੈਂਕ ਰਹੇਗਾ ਜਾਂ ਖੁਰੇ ਰਹੇਗਾ ਜੀ ਉਹਦਾ ਵੋਟ ਬੈਂਕ ਰਹੇਗਾ ਉਹਦੇ ਵੱਲੋਂ ਜਿਹੜਾ ਕਾਂਗਰਸ ਦਾ ਵੋਟ ਬੈਂਕ ਹੈ ਜਾਂ ਬੀਜੇਪੀ ਦੇ ਵਿੱਚ ਸਿੱਖ ਬੈਠੇ ਹੈਗੇ ਹੈ ਉਹਦਾ ਵੋਟ ਬੈਂਕ ਜਿਹੜਾ ਹੈਗਾ ਉਹ ਨਵਜੋਤ ਸਿੰਘ ਸਿੱਧੂ ਵੱਲ ਨੂੰ ਟਿਲਟ ਹੋਏਗਾ ਉਹਦੇ ਵੱਲ ਹਮਦਰਦੀ ਹੋਏਗੀ ਵੀ ਇਸ ਬੰਦੇ ਨਾਲ ਬਹੁਤ ਧੱਕਾ ਹੋ ਰਿਹਾ ਇਹਦੇ ਵਿੱਚ ਕਿਤੇ ਕੋਈ ਦੋ ਰਾਇ ਨਹੀਂ ਸਭ ਨੂੰ ਦੇਖੋ ਜੀ ਤੇਜਾ ਸਿੰਘ ਅਤੇ ਲਾਲ ਸਿੰਘ ਉਹ ਤਾਂ ਸੀਗੇ ਤਿੰਨ ਗਦਾਰ ਫਰੰਗੀਆਂ ਦੇ ਤਿੰਨ ਗਦਾਰ ਸੀ ਹੁਣ ਤਾਂ ਆਲੇ ਦੁਆਲੇ ਗਦਾਰ ਹੀ ਗਦਾਰ ਫਿਰਦੇ ਆ ਹੁਣ ਤਾਂ ਕੋਈ ਹੈ ਹੀ ਨਹੀਂ ਕਾਂਗਰਸ ਵੀ ਗਦਾਰ ਅਕਾਲੀ ਪੂਰੇ ਪਿਓ ਪੁੱਤ ਤੋਂ ਲੈ ਕੇ ਸਾਰੇ ਸਾਲੇ ਪੜੋਈਏ ਸਾਰੇ ਗਦਾਰ ਜਿਹੜੇ ਬੀਜੇਪੀ ਵਾਲੇ ਹੈ ਉਹ ਸਾਰੇ ਗਦਾਰ ਉਹਨਾਂ ਦਾ ਟੋਟਲੀ ਕੋਈ ਉਹ ਹੈ ਨਹੀਂ ਯਾਰ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ ਵੀ ਹੱਕ ਤੇ ਸੱਚ ਦੀ ਖਾਤਰ ਸੱਚ ਤੇ ਕਿਤੇ ਤਾਂ ਖੜੋ ਕੋਈ ਇੰਨੀ ਗੱਲ ਸਵੀਕਾਰ ਕਰਨ ਦੇ ਵਿੱਚ ਕੀ ਮੋਦੀ ਦੀ ਕੁਰਸੀ ਜਾਂਦੀ ਹੈ ਜੇ ਉਹ ਕਹਿੰਦੇ ਹਾਂ ਵੀ ਸਿੱਧੂ ਨੇ ਬਹੁਤ ਵਧੀਆ ਕੰਮ ਕੀਤਾ ਮੋਦੀ ਦੀ ਮੋਦੀ ਨੂੰ ਸ਼ਾਬਾਸ਼ ਮਿਲੂਗੀ ਜੇ ਕੈਪਟਨ ਕਹਿ ਦਿੰਦਾ ਵੀ ਹਾਂ ਮੋਦੀ ਨੇ ਇਹਨੇ ਸਿੱਧੂ ਨੇ ਵਧੀਆ ਕੰਮ ਕੀਤਾ ਕੈਪਟਨ ਦੀ ਸੀਐਮ ਦੀ ਕੁਰਸੀ ਨੂੰ ਕੋਈ ਖਤਰਾ ਨਹੀਂ ਜੇ ਹੁਣ ਬਾਦਲ ਤੇ ਉਹ ਦੂਜੇ ਕਹਿ ਦਿੰਦੇ ਆ ਈਰਖਾ ਕਿੱਥੋਂ ਖਤਮ ਕਰਨਗੇ ਆਪਣਾ ਸੁਰਿੰਦਰ ਸਿੰਘ ਜੀ ਕੀ ਲੱਗਦਾ ਇਹ ਸਾਰਾ ਜਿਹੜਾ ਕ੍ਰੈਡਿਟ ਹੈ ਕਿ ਸਿੱਧੂ ਦੇ ਨਾਲ ਰਹੇਗਾ ਸਿਆਸੀ ਤੌਰ 'ਤੇ ਜਾਂ ਉਹ ਜਿਸ ਪਾਰਟੀ ਕਾਂਗਰਸ 'ਚ ਰਹਿੰਦੇ ਨੇ ਫਿਰ ਤਾਂ ਮੰਨਿਆ ਰਹੇਗਾ ਜੇ ਉਹ ਬੀਜੇਪੀ ਵੱਲ ਨੂੰ ਜਾਂਦੇ ਨੇ ਜਾਂ ਕੋਈ ਨਵੀਂ ਪਾਰਟੀ ਸਟੈਬਲਿਸ਼ ਕਰਦੇ ਨੇ ਹਾਲਾਤ ਇੱਦਾਂ ਦੇ ਤੀਸਰੇ ਬਦਲ ਦੇ ਬਣਦੇ ਨਜ਼ਰ ਆਉਂਦੇ ਅਤੇ ਸਿੱਧੂ ਦਾ ਇਹ ਵੋਟ ਬੈਂਕ ਕਿੰਨਾ ਚਿਰ ਉਹਦਾ ਸਾਥ ਦੇਗਾ ਇਸ ਕੋਰੀਡੋਰ ਦੀ ਬਣਾ ਤੇ ਮੈਂ ਟਵਾਣਾ ਸਾਹਿਬ ਇਹਨੂੰ ਇੱਕ ਅਲੱਗ ਨਜ਼ਰੀਏ ਤੋਂ ਦੇਖਣਾ ਚਾਹੁੰਦਾ ਇਹ ਵੋਟ ਬੈਂਕ ਨਹੀਂ ਹੈ ਬਿਲਕੁਲ ਜਦੋਂ ਕੋਈ ਵੱਡਾ ਤੂਫਾਨ ਆਉਂਦਾ ਹੈ ਉਸ ਤੂਫਾਨ ਦੇ ਮਗਰ ਜਿਹੜੀ ਬਰਬਾਦੀ ਹੁੰਦੀ ਆ ਉਹ ਵੱਡੇ ਵੱਡੇ ਥੰਮ ਬਹੁਤ ਵਾਰ ਸੁੱਟ ਜਾਂਦਾ ਜੀ ਆਪਣੇ 1999 ਦੀ ਪੰਜਾਬ ਦੀ ਚੋਣ ਦਾ ਆਪਣੇ ਸਾਹਮਣੇ ਆ ਜਿੱਥੇ ਉਹਨਾਂ ਨੇ ਕਾਂਗਰਸ ਅਕਾਲੀ ਦਲ ਅਤੇ ਅਕਾਲੀ ਦਲ ਲੌਂਗੋਵਾਲ
ਇਹਨਾਂ ਪਾਰਟੀਆਂ ਦਾ ਸਫਾਇਆ ਕਰ ਦਿੱਤਾ ਸੀ ਪੰਜਾਬ 'ਚ। ਲੇਕਿਨ ਉਹ ਜਿਹੜਾ ਤੂਫਾਨ ਸੀ ਉਹ ਬਹੁਤੀ ਦੇਰ ਜਿਹੜਾ ਉਹ ਰੁਕ ਨਹੀਂ ਸਕਿਆ, ਅਖੀਰ ਉਹ ਵੀ ਮਲੀਆ ਮੇਟ ਹੋ ਗਿਆ। ਇਹੀ ਕੁਛ ਆਮ ਆਦਮੀ ਪਾਰਟੀ ਦਾ ਸੀ। 2014 ਅਤੇ 17 ਦਾ ਤੂਫਾਨ ਦੇਖਿਆ ਸੀ ਜਿਹੜਾ ਕਿ ਸਮੇਂ ਤੋਂ ਪਹਿਲਾਂ ਹੀ ਉੱਡ ਗਿਆ, ਉਹ ਨਹੀਂ ਦੇਖਿਆ, ਜਿਹਦਾ ਕਿ ਅੱਗੇ ਉਮੀਦ ਆਉਣ ਵਾਲੇ ਸਮੇਂ 'ਚ ਵੀ ਨਹੀਂ। ਇਹੀ ਕੁਛ ਨਵਜੋਤ ਸਿੰਘ ਸਿੱਧੂ ਜੋ ਕਰ ਰਿਹਾ ਉਹ ਬਹੁਤ ਵਧੀਆ ਕਰ ਰਿਹਾ, ਪਰ ਰਾਜਨੀਤੀ ਦੇ ਅੰਦਰ ਜਿਹੜੇ ਤੁਹਾਡੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਸ਼ੰਸਕ ਹੁੰਦੇ ਨੇ ਉਹ ਵੋਟ ਬੈਂਕ 'ਚ ਕਨਵਰਟ ਨਹੀਂ ਹੁੰਦੇ। ਇਸ ਕਰਕੇ ਮੈਂ ਪਹਿਲਾਂ ਕਹਿ ਕੇ ਹਟਿਆ, ਇਸ ਜਦੋਂ ਅਸੀਂ ਪੋਲੀਟਿਕਸ ਦੀ ਗੱਲ ਕਰਾਂਗੇ ਉੱਥੇ ਆ ਕੇ ਜਿਹੜਾ ਬੰਦਾ ਰਾਜਨੀਤੀ ਦੀ ਨਬਜ਼ ਪਛਾਣਨ ਵਾਲਾ ਉਹਨੂੰ ਇਹ ਸਮਝ ਆ ਜਾਣੀ ਚਾਹੀਦੀ ਆ ਕਿ ਰਾਜਨੀਤੀ 'ਚ ਆ ਕੇ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਉਹ ਚਾਹੇ ਗੁਰੂ ਨਾਨਕ ਨਾਮ ਜੀ ਦੇ ਨਾਮ 'ਤੇ ਲੱਖ ਪਬਲਿਕ ਨੂੰ ਸਹੂਲਤਾਂ ਦੇ ਜਾਣ, ਲੇਕਿਨ ਰਾਜਨੀਤੀ ਦੇ ਵਿੱਚ ਦੋਨਾਂ ਦਾ ਹੀ ਨੁਕਸਾਨ ਹੋ ਚੁੱਕਿਆ ਅਤੇ ਆਉਣ ਵਾਲੇ ਸਮੇਂ 'ਚ ਹੋਏਗਾ। ਚਾਹੇ ਉਹ ਅਲੱਗ ਪਾਰਟੀਆਂ ਬਣਾ ਲੈਣ, ਜੋ ਮਰਜ਼ੀ ਕਰ ਲੈਣ, ਤੁਸੀਂ ਇਹ ਲੰਘੇ ਤੋਂ ਬਾਅਦ ਦੇਖਿਓ ਇਮਰਾਨ ਖਾਨ ਭਾਵੇਂ ਪਾਕਿਸਤਾਨ ਨੂੰ ਇਹਦਾ ਕਿੰਨਾ ਵੀ ਮੁਨਾਫਾ ਹੋ ਜਾਵੇ, ਜਿਹੜੀ ਮੈਂ ਗੱਲ ਪਹਿਲਾਂ ਕਰਕੇ ਹਟਿਆ 400 ਕਰੋੜ ਤੋਂ ਵੱਧ ਜਿਹੜਾ ਪਾਕਿਸਤਾਨ ਦੇ ਵਿੱਚ ਲੱਗਿਆ ਇਸ ਕਰਤਾਰਪੁਰ ਲਾਂਘੇ ਦੇ ਉੱਤੇ, ਉਹ ਇਕੱਲੇ ਯੂਕੇ ਦੀ ਸੰਗਤ ਨੇ ਦਿੱਤਾ, ਇਕੱਲਾ ਪਾਕਿਸਤਾਨ ਨੇ ਨਹੀਂ ਲਾਇਆ, ਵਰਲਡ ਲੈਵਲ ਤੋਂ ਕਿੰਨਾ ਪੈਸਾ ਆਇਆ ਜਿਹਦਾ ਕੋਈ ਅੰਤ ਨਹੀਂ। ਔਰ ਅੱਗੇ ਆਉਣ ਵਾਲੇ ਸਮੇਂ 'ਚ ਆਉਣਾ ਲੋਕ ਚਾਹੁੰਦੇ ਆ, ਇਕੱਲਾ ਕਰਤਾਰਪੁਰ ਨਹੀਂ, ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਅਤੇ ਬਾਕੀ ਜਿਹੜੇ ਉੱਥੇ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਜਿਹੜੇ ਸਥਾਨ ਨੇ ਉਹਨਾਂ ਦੇ ਜਿਹੜੇ ਆ ਉਹ ਲਾਂਘੇ ਖੋਲ੍ਹ ਦਿੱਤੇ ਜਾਣ। ਲੇਕਿਨ ਇਹਨੂੰ ਅਸੀਂ ਵੋਟ ਬੈਂਕ ਜੇ ਸਮਝ ਕੇ ਚੱਲੀਏ ਨਹੀਂ ਹੋਏਗਾ। ਨਵਜੋਤ ਸਿੰਘ ਸਿੱਧੂ ਜਿੰਨੀ ਵਾਰ ਵੀ ਪਾਕਿਸਤਾਨ ਜਾਏਗਾ ਉਹ ਪਬਲਿਕ ਦੇ ਦਿਲ 'ਚ ਭਾਵੇਂ ਹੀਰੋ ਬਣ ਕੇ ਆਵੇ, ਪਰ ਪੋਲੀਟੀਕਲੀ ਹਮੇਸ਼ਾ ਉਹ ਜ਼ੀਰੋ ਹੀ ਹੁੰਦਾ ਜਾਏਗਾ, ਜਿਹੜੀ ਕਿ ਸਾਡੇ ਸਾਹਮਣੇ ਸਪਸ਼ਟ ਜਿਹੜਾ ਉਹ ਸਾਨੂੰ ਦਿਖਾਈ ਦੇ ਰਿਹਾ ਜੀ। ਸਿੱਧੂ ਸਾਹਿਬ, ਤੁਸੀਂ ਦੇਖਿਆ ਪਿੰਡਾਂ 'ਚ ਵਿਚਰਦੇ ਹੋ, ਕਰਤਾਰਪੁਰ ਕੋਰੀਡੋਰ ਜਾਂ ਇਹਨਾਂ ਸਮਾਗਮਾਂ ਨੂੰ ਲੈ ਕੇ ਆਮ ਲੋਕਾਂ 'ਚ ਕਿੰਨਾ ਉਤਸ਼ਾਹ ਹੈ? ਨਗਰ ਕੀਰਤਨ 'ਤੇ ਤਾਂ ਆਪਾਂ ਵੇਖਿਆ ਕਿ ਲੋਕਾਂ 'ਚ ਬਹੁਤ ਉਤਸ਼ਾਹ ਆ, ਸੋ ਇਸੇ ਕਰਕੇ ਜਿਹੜੇ ਇਸ ਤਰ੍ਹਾਂ ਦੇ ਸਮਾਗਮ ਨੇ, ਕਿਉਂਕਿ ਪੰਜਾਬੀ ਮੇਲਿਆਂ ਮਸਾਵਿਆਂ ਨੂੰ ਤਵੱਜੋ ਦਿੰਦੇ ਨੇ, ਮਹੱਤਤਾ ਦਿੰਦੇ ਨੇ ਸੈਲੀਬ੍ਰੇਸ਼ਨ ਨੂੰ, ਇਹ ਜਿਹੜਾ 550 ਸਾਲਾ ਸਮਾਗਮ ਨੇ ਜਾਂ ਇਸ ਤਰ੍ਹਾਂ ਦੇ ਸਮਾਗਮ ਬਹੁਤਾਤ 'ਚ ਆਉਣ ਲੱਗ ਪਏ ਨੇ ਜੀ। ਹੁਣ 560 ਸਾਲਾ ਵੀ ਆਏਗਾ, 650 ਸਾਲਾ ਵੀ ਆਏਗਾ, ਕੋਈ ਹੋਰ ਸਮਾਗਮ ਆਏਗਾ, ਬਿਹਾਰ ਦਾ ਜਿਹੜਾ ਸਮਾਗਮ ਸੀਗਾ ਨਿਤਿਸ਼ ਗਵਰਨਮੈਂਟ ਨੇ ਕੀਤਾ ਉਹਨੇ ਵੀ ਬੱਲੇ ਬੱਲੇ ਕਰਵਾਈ ਹੈ। ਕੀ ਇਸ ਦੌਰਾਨ ਜਿਹੜਾ ਫਲਸਫਾ ਹੈਗਾ ਜਾਂ ਲੋਕਾਂ ਦੀ ਰੋਜ਼ਮਰਾ ਜਾਂ ਲੋਕਾਂ ਦੇ ਵਿੱਚ ਕੋਈ ਆਤਮਕ ਤੌਰ 'ਤੇ ਵੀ ਸ਼ੁੱਧਤਾ ਆਉਂਦੀ ਹੈ, ਕੋਈ ਸੁਧਾਰ ਹੁੰਦਾ? ਆਤਮਕ ਸ਼ੁੱਧਤਾ ਜਿਹੜੀ ਹੈ ਨਾ ਜੀ, ਜਿਹੜਾ ਗੋਦੀ ਮੀਡੀਆ ਇਹ ਨਹੀਂ ਆਉਣ ਦਿੰਦਾ ਆਤਮਕ ਸ਼ੁੱਧਤਾ ਇਹਨਾਂ ਦੀ। ਲੋਕ ਬਹੁਤ ਚਾਹੁੰਦੇ ਹੈ, ਲੋਕਾਂ ਨੇ ਹੁਣ ਜਿਹੜਾ ਪਿੰਡਾਂ ਦੇ ਵਿੱਚ ਦੇਖਦਾ ਮੈਂ ਜਾਣਾ ਗੱਲ ਚਰਚਾ ਇਹ ਹੁੰਦੀ ਹੈ, ਉਹ ਕਹਿੰਦੇ ਇਹ 15 ਦਿਨਾਂ ਵਾਸਤੇ 10 ਦਿਨਾਂ ਵਾਸਤੇ ਕਿ ਇੰਡੀਆ ਤੋਂ ਜਾਂ ਪੰਜਾਬ ਤੋਂ ਉੱਧਰ ਨੂੰ ਜਿਹੜੀ ਸੰਗਤ ਜਾਂਦੀ ਹੈ ਜਾਣ ਵਾਸਤੇ ਉਹ ਟੋਲ ਟੈਕਸ ਲਾਏ ਆ, ਕੀ ਹਟਾ ਦੇਣਗੇ? ਨਹੀਂ ਹਟਾਉਂਦੇ, ਇਹਨਾਂ ਦੀ ਕਮਾਈ ਨਹੀਂ ਹੈ, ਇਹਨਾਂ ਦੀ ਕਮਾਈ ਹੈ। ਉਹ ਕਹਿੰਦੇ ਜੇ ਪਾਕਿਸਤਾਨ ਦੇ ਵਿੱਚ ਕੋਈ ਟੋਲ ਟੈਕਸ ਨਹੀਂ ਹੈ ਉਹ ਸੰਗਤ ਨੂੰ ਆਉਣ ਵਾਸਤੇ, ਉਹਨਾਂ ਦੀਆਂ ਬੱਸਾਂ ਫ੍ਰੀ ਆ ਰਹੀਆਂ, ਇਹ ਕਿਉਂ ਨਹੀਂ ਕਰ ਰਹੇ? ਮਤਲਬ 20 ਡਾਲਰ ਨੂੰ ਲੋਕ ਤਵੱਜੋ ਨਹੀਂ ਦਿੰਦੇ? ਨਾ ਜੀ, 20 ਡਾਲਰ ਨੂੰ ਕੀ, ਇਹਨਾਂ ਦੇ ਪਣਾਲ ਦੇ ਉੱਤੇ ਕਰੋੜਾਂ ਰੁਪਏ ਖਰਚ ਹੁੰਦੇ ਆ ਅਕਾਲੀਆਂ ਦੇ ਪਣਾਲ ਦੇ ਉੱਤੇ, 20 ਡਾਲਰ ਦੀ ਆਪਦੇ ਕੋਲੋਂ ਜੇਬ ਦੇ ਵਿੱਚੋਂ ਫੀਸ ਪੇ ਕਰ ਦੇਣ, ਕਿੰਨੀ ਕੁ ਵੱਡੀ ਗੱਲ ਹੈ? ਇਹਦੇ ਜਿਹੜਾ ਹੋਛਾਪਣ ਦਿਖਾਉਂਦੇ ਆ ਲੋਕ, ਇਹਦਾ ਰਿਐਕਸ਼ਨ ਤਾਂ ਕਰਦੇ ਆ, ਪਰ ਉਹ ਵੋਟਾਂ ਵੇਲੇ ਭੁੱਲ ਜਾਂਦੇ ਆ। ਵੋਟਾਂ ਵੇਲੇ ਉਹ ਗੁਲਾਮ ਹੀ ਇਹਨੇ ਬਣਾਤੇ ਜੀ, ਜਿਹੜੀ ਹੈ ਉਹਨਾਂ ਦੀ ਜ਼ਮੀਰ ਤੋੜਤੀ। ਪਹਿਲਾਂ ਸੀ ਨਾ ਜਿਹੜਾ ਸੀਗਾ ਉਹਦਾ, ਕਹਿੰਦੇ ਵੀ ਬੰਦੇ ਦੀ ਬੰਦਾ ਮਰ ਜਾਂਦਾ ਸੀਗਾ ਉਹਦੀ ਜ਼ਮੀਰ ਜਿੰਦਾ ਹੁੰਦੀ ਸੀ, ਆਤਮਾਵਾਂ ਜਿੰਦਾ ਹੁੰਦੀਆਂ ਸੀ। ਹੁਣ ਲੋਕਾਂ ਦੇ ਵਿੱਚੋਂ ਆਤਮਾਵਾਂ ਮਰ ਚੁੱਕੀਆਂ ਨੇ, ਜਿਹੜੇ ਆਤਮਾ ਵਾਲੇ ਲੋਕ ਹੈ ਉਹ ਤਾਂ ਬਾਹਰ ਫਲਾਈ ਕਰਕੇ ਉੱਡੀ ਜਾਂਦੇ ਆ, ਉਹ ਤਾਂ ਇਹ ਦੇਖੀ ਜਾਂਦੇ ਆ ਵੀ ਅਸੀਂ ਤਾਂ ਇੱਥੇ ਸਾਨੂੰ ਦਮ ਘੁੱਟਣੀ ਹੋ ਰਹੀ ਹੈ, ਇਸ ਮਾਹੌਲ ਦੇ ਵਿੱਚ ਅਸੀਂ ਤਾਂ ਰਹਿ ਨਹੀਂ ਸਕਦੇ। ਇੱਕ ਪਿੱਛੇ ਜੇ ਵੀਡੀਓ ਬੜੀ ਵਾਇਰਲ ਹੋਈ ਸੁਰਿੰਦਰ ਸਿੰਘ ਜੀ, ਕਿ 84 ਦੇ ਵਿੱਚ ਨਵੰਬਰ 84 ਕਿਉਂ ਵਾਪਰਿਆ, ਉਹ ਵੀਡੀਓ ਬੜੀ ਵਾਇਰਲ ਹੋਈ। ਮਤਲਬ ਚੰਗੇ ਸਾਬਤ ਸੂਰਤ ਨੌਜਵਾਨਾਂ ਨੂੰ, ਮੁਟਿਆਰਾਂ ਨੂੰ ਨਹੀਂ ਪਤਾ, ਗੱਭਰੂ ਨੂੰ ਨਹੀਂ ਪਤਾ ਕਿ ਉਹ ਕੀ ਤਰਾਸਦੀ ਸੀ। ਜਿਹੜਾ ਪੰਜਾਬ ਦਾ ਯੂਥ ਹੈ, ਜਿਹੜਾ ਅੱਜ ਦਾ ਯੂਥ ਹੈ, ਕੀ ਲੱਗਦਾ ਤੁਹਾਨੂੰ ਇਹ ਸਾਰੇ ਮਾਮਲੇ ਨਾਲ ਵਾਕਫ ਹੈ ਜੋ ਕੁਛ ਹੋ ਰਿਹਾ ਸਿਆਸਤ 'ਚ? ਬਿਲਕੁਲ ਟਵਾਣਾ ਸਾਹਿਬ, ਬਿਲਕੁਲ ਵਾਕਫ ਨਹੀਂ, ਯੂਥ ਨੂੰ ਕੁਛ ਨਹੀਂ ਪਤਾ। ਮੈਂ ਉਸ ਵੀਡੀਓ ਨੂੰ ਦੇਖ ਕੇ ਹੈਰਾਨ ਸੀ, ਉਹ ਜਿਹਨੂੰ ਪੁੱਛਦੇ ਸੀ ਕਹਿੰਦੇ 1984 'ਚ ਕੀ ਹੋਇਆ, ਕਹਿੰਦੇ ਜਲਿਆਂਵਾਲੇ ਬਾਗ ਦਾ ਕੋਈ ਸਾਕਾ ਹੋਇਆ ਸੀ, ਦੱਸੋ, ਕੋਈ ਨਹੀਂ ਪਤਾ। ਉਹਨਾਂ ਨੂੰ ਆਪਰੇਸ਼ਨ ਬਲੂ ਸਟਾਰ ਨਹੀਂ ਪਤਾ, ਤੇ ਨਵੰਬਰ ਜਿਹੜਾ ਉਹ 1984 ਨਹੀਂ ਪਤਾ। ਮੂਸੇ ਵਾਲੇ ਬਾਰੇ ਤਾਂ ਸਾਰਾ ਪਤਾ ਹੋਊਗਾ, ਮੂਸੇ ਵਾਲੇ ਬਾਰੇ ਸਾਰਾ ਕੁਝ ਪਤਾ, ਮਤਲਬ ਇਹ ਕਿਤੇ ਨਾ ਕਿਤੇ। ਪਰ ਇਹ ਵੀ ਦੇਖੋ ਟ੍ਰੈਂਡ ਕਿ ਮੂਸੇ ਵਾਲੇ ਦੇ ਉਹ ਗੀਤ ਗਾਉਣ ਤੋਂ ਬਾਅਦ ਜਿਹਨੂੰ ਫਿਰ ਹੁਣ SGPC ਕਾਰਵਾਈ ਕਰ ਰਹੀ ਹੈ,
ਨੈੱਟ 'ਤੇ ਮਾਈ ਭਾਗੋ ਨੂੰ ਜ਼ਿਆਦਾ ਸਰਚ ਕੀਤਾ ਜਾ ਰਿਹਾ। ਯੂਥ ਕਹਿੰਦਾ ਸਾਨੂੰ ਤਾਂ ਪਤਾ ਹੀ ਮੂਸੇਵਾਲੇ ਤੋਂ ਲੱਗਿਆ ਕਿ ਮਾਈ ਭਾਗੋ ਵੀ ਸੀ। ਮੈਂ ਉਹੀ ਦੱਸਦਾ ਜਦੋਂ ਕੋਈ ਮਤਲਬ ਯੂਥ ਦਾ ਧਿਆਨ ਕਿੱਧਰ, ਉਹਦੇ 'ਚ ਸਭ ਤੋਂ ਪਹਿਲੀ ਅਣਗਹਿਲੀ ਮਾਂ ਬਾਪ ਦੀ ਆ, ਜਿਨ੍ਹਾਂ ਨੇ ਬੱਚਿਆਂ ਨੂੰ ਜੰਮਦਿਆਂ ਨੂੰ ਆਪਣੇ ਤੋਂ ਦੂਰ ਕਰ ਲਿਆ। ਦੂਸਰੀ ਗੱਲ ਉੱਥੇ ਗਲਤੀ ਜਿਹੜੀ ਉਹ ਅਧਿਆਪਕਾਂ ਦੀ ਆ, ਜਿਹੜੇ ਅਧਿਆਪਕ ਜਿਹੜੇ ਆ ਉਹ ਅਧਿਆਪਕ ਨਹੀਂ ਰਹੇ, ਤੇ ਤੀਸਰੇ ਨੰਬਰ ਤੇ ਵਿਦਿਆਰਥੀ ਜਿਹੜੇ ਉਹ ਵਿਦਿਆਰਥੀ ਉਹਨਾਂ 'ਚ ਆਪਣਾ ਡਿਪਰੈਸ਼ਨ, ਤਿੰਨਾਂ ਨੇ ਕਿਤੇ ਨਾ ਕਿਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਗਏ। ਜੇ ਮਾਂ ਬਾਪ ਜਿਹੜੇ ਸੀ ਉਹ ਮਾਂ ਬਾਪ ਦਾ ਰੋਲ ਨਿਭਾਉਂਦੇ ਤੇ ਬੱਚਾ ਜਿਹੜਾ ਉਹ ਬੱਚੇ ਦੇ ਰੂਪ 'ਚ ਆਉਂਦਾ ਤੇ ਚੰਗਾ ਸੀ, ਉਹਦੇ ਬਾਅਦ ਅਧਿਆਪਕ ਅਧਿਆਪਕ ਦੇ ਰੂਪ 'ਚ ਆਉਂਦਾ ਤੇ ਬੱਚਾ ਉਹਦੇ ਅਧਿਆਪਕ ਦੇ ਤੌਰ 'ਤੇ ਉਹਦਾ ਸਤਿਕਾਰ ਜਿਹੜਾ ਕਰਦਾ। ਤਿੰਨੋਂ ਕਿਤੇ ਨਾ ਕਿਤੇ ਅਧਿਆਪਕ ਵੀ ਆਪਦੀ ਜ਼ਿੰਮੇਵਾਰੀ ਤੋਂ ਭੱਜ ਗਿਆ, ਫਿਰ ਬੱਚੇ ਨੇ ਤਾਂ ਭੱਜਣਾ ਸੀ, ਪਿੱਛੇ ਮਾਂ ਬਾਪ ਜਿਹੜੇ ਸੀ ਉਹ ਭੱਜ ਕੇ ਕਿਤੇ ਨਾ ਕਿਤੇ ਸਾਰਾ ਕੁਛ ਜਿਹੜਾ ਉਹ ਖਿੰਡ ਗਿਆ। ਇਤਿਹਾਸ ਜਿਹੜਾ ਉਹਦੇ ਤੋਂ ਬੜੀ ਦੂਰ ਦੀ ਗੱਲ ਹੋ ਗਈ, ਇਤਿਹਾਸ ਨੂੰ ਕਿਸੇ ਨੇ ਨਹੀਂ ਫਰੋਲਿਆ। ਸੋਸ਼ਲ ਮੀਡੀਆ 'ਤੇ ਸਿਰਫ ਸਿਰਫ ਇੰਟਰਟੇਨਮੈਂਟ ਦੇ ਜਿਹੜੇ ਸਾਧਨ ਆ, ਬਿਲਕੁਲ ਬਿਲਕੁਲ ਬਿਲਕੁਲ, ਹੋਰ ਕੁਛ ਵੀ ਜਿਹੜਾ ਉਹ ਢੂੰਡਿਆ ਨਹੀਂ ਜਾ। ਪੁਰਾਣੀਆਂ ਕਹਾਣੀਆਂ, ਪੰਚਤੰਤਰ ਦੀਆਂ ਕਹਾਣੀਆਂ, ਇਤਿਹਾਸ ਦੀਆਂ ਕਹਾਣੀਆਂ, ਧਰਮਾਂ ਦੇ ਕਿੱਸੇ ਕਹਾਣੀਆਂ ਬੰਦੇ ਦਾ ਸੁਭਾਅ ਬਣਾਉਂਦੀਆਂ ਨੇ ਜੀ। ਮੈਨੂੰ ਪਾਰਸ ਸਾਹਿਬ ਦੀਆਂ ਸਤਰਾਂ ਯਾਦ ਆਉਂਦੀਆਂ ਨੇ ਕਿ ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ, ਜੇਕਰ ਗੰਢ ਇਤਫਾਕ ਦੀ ਖੁੱਲ੍ਹ ਜਾਵੇ, ਲੱਖ ਯਤਨ ਕਰੀਏ ਮੋੜਨਾ ਪਵੇ ਭਾਂਡੇ, ਜੇਕਰ ਦੁੱਧ ਦਰਿਆ ਵਿੱਚ ਡੁੱਲ ਜਾਵੇ, ਨਹੀਂ ਮੰਤਰਾਂ ਨਾਲ ਮਸ਼ਾਲ ਜਗਦੀ, ਤੇਲ ਮੁੱਕਿਆਂ ਦੀਵਾ ਹੋ ਗੁੱਲ ਜਾਵੇ, ਮਾਰਿਆਂ ਮੂਲ ਨਾ ਮੁੱਕਦੀ ਕੌਮ ਕੋਈ, ਭਾਵੇਂ ਜ਼ਬਰ ਜਹਾਨ ਦਾ ਝੁੱਲ ਜਾਵੇ, ਪਰ ਪਾਰਸ ਮਿੱਟ ਜਾਂਦੀ ਅੱਖਰ ਗਲਤ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ, ਜਿਹੜੀ ਕੌਮ ਵਿਰਾਸਤਾਂ ਭੁੱਲ ਜਾਵੇ, ਕਿਉਂਕਿ ਇਤਿਹਾਸਕ ਪ੍ਰਸੰਗ ਕਿੱਸੇ ਸਾਡੇ ਬਜ਼ੁਰਗਾਂ ਦੀਆਂ ਕਹਾਣੀਆਂ ਸਾਡਾ ਸੁਭਾਅ ਬਣਾਉਂਦੀਆਂ ਨੇ, ਸਾਡੀ ਨੇਚਰ ਬਣਾਉਂਦੀਆਂ ਨੇ। ਪਰ ਜਦ ਅਸੀਂ ਉਹਨਾਂ ਚੀਜ਼ਾਂ ਨਾਲ ਵਾਕਫ ਨਹੀਂ ਹੋਵਾਂਗੇ, ਫਿਰ ਸਾਡੀਆਂ ਜ਼ਰੂਰਤਾਂ ਜ਼ਮੀਰਾਂ ਜੰਗਾਲ ਨੇ ਖਾ ਲੈਣੀਆਂ ਨੇ। ਸੋ ਸਾ ਨਾਮਦੇਵ ਸਿੰਘ ਸਿੱਧੂ ਸਾਹਿਬ ਆਪ ਜੀ ਦਾ ਵੀ ਅਤੇ ਸਾ ਸੁਰਿੰਦਰ ਸਿੰਘ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਉਮੀਦ ਕਰੀਏ ਕਿ ਇਹ ਜਿਹੜੇ ਦਿਹਾੜੇ ਮਨਾਏ ਜਾ ਰਹੇ ਨੇ, ਅਸੀਂ ਉਸ ਫਲਸਫੇ 'ਤੇ ਕੰਮ ਕਰੀਏ। ਗੁਰੂ ਨਾਨਕ ਸਾਹਿਬ ਨੇ ਜੋ ਮਾਨਵਤਾ ਦਾ ਅਵਲ ਅਲਾ ਨੂਰ ਉਪਾਏ ਦਾ ਸੰਦੇਸ਼ ਦਿੱਤਾ ਸੀ, ਜਬਲਕ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕੁਛ ਕਹੀਏ, ਸੰਵਾਦ ਦੀ ਜਿਹੜੀ ਉਹਨਾਂ ਨੇ ਸ਼ਾਦੀ ਭਰੀ ਸੀਗੀ ਉਸ 'ਤੇ ਅਸੀਂ ਅਮਲ ਕਰੀਏ। ਸੋ ਇਸ ਦੇ ਨਾਲ ਹੀ ਮੈਂ ਪਰਮਿੰਦਰ ਸਿੰਘ ਟਿਵਾਣਾ ਪ੍ਰਮ ਸੱਚ ਦਾ ਸਾਹਮਣਾ ਨੂੰ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਚਾਹਵਾਂਗਾ। ਧੰਨਵਾਦ, ਸਤਿ ਸ਼੍ਰੀ ਅਕਾਲ।